ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਜਿਵੇਂ ਤੁਸੀਂ ਦੇਖ ਹੀ ਰਹੇ ਹੋ, ਜਿਹੜਾ ਇਹ ਨੀਂਹ ਪੱਥਰ ਤੁਸੀਂ ਲੱਗਿਆ ਹੋਇਆ, ਸਮਰਪਿਤ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਭੱਠਲ ਅਤੇ ਸਵਰਗਵਾਸੀ ਸਰਦਾਰ ਵੀਰੇਂਦਰ ਸਿੰਘ ਗਰੇਵਾਲ, ਪਿੰਡ ਹਸਨਪੁਰ ਦੇ ਵਿੱਚ ਮਾਤਾ ਸਰਦਾਰਨੀ ਸੁਖਦਰਸ਼ਨ ਕੌਰ ਭੱਠਲ ਅਤੇ ਸਾਡੇ ਪਹਿਲੇ ਪਰਿਵਾਰਕ ਮੈਂਬਰ ਸ਼੍ਰੀ ਅਰੁਣ ਕੁਮਾਰ ਸ਼ੁਕਲਾ ਅਤੇ ਸਰਦਾਰ ਕੇਸਰ ਸਿੰਘ ਧਾਲੀਵਾਲ ਜੀ ਨੇ ਮਿਤੀ 2/5/2018 ਨੂੰ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਆਪਣੇ ਘਰ ਕਮਲਾਂ ਨਾਲ ਰੱਖਿਆ ਅਤੇ ਥੱਲੇ ਕਲਯੁਗੀ ਬੰਦੇ ਦਾ ਨਾਮ ਵੀ ਲਿਖਿਆ ਹੋਇਆ ਜੀ, ਗੁਰਪ੍ਰੀਤ ਸਿੰਘ ਦਾ। ਪਰ ਤੁਹਾਡੇ ਸਾਰਿਆਂ ਦੇ ਭੈਣਾਂ ਦੇ ਭਰਾਵਾਂ ਦੇ ਸਹਿਯੋਗ ਅਤੇ ਪਿਆਰ ਦੇ ਸਦਕਾ ਇਹ ਜਿਹੜੀ ਬਿਲਡਿੰਗ ਆ ਤਕਰੀਬਨ 50% ਦੇ ਆਸ ਪਾਸ ਬਣ ਚੁੱਕੀ ਆ, ਰਹਿਣ ਦੇ ਯੋਗ ਹੋ ਰਹੀ ਆ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਭੈਣਾਂ ਅਤੇ ਭਰਾਵਾਂ ਨੂੰ ਬੇਨਤੀ ਆ, ਮਨੁੱਖਤਾ ਦੀ ਸੇਵਾ ਪਰਿਵਾਰ ਦੇ ਇਸ ਸੁਪਨਿਆਂ ਦੇ ਘਰ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰਿਓ ਜੀ, ਤਾਂ ਜੋ ਇਹ ਘਰ ਨੂੰ ਜਲਦੀ ਨਿਬੇੜੇ ਚੜ੍ਹਾਇਆ ਜਾ ਸਕੇ ਅਤੇ ਇਹਦੇ ਵਿੱਚ ਉਹ ਲੋੜਵੰਦ ਇਨਸਾਨ ਆ ਕੇ ਰਹਿ ਸਕਣ ਜਿਨ੍ਹਾਂ ਨੂੰ ਵਾਕਈ ਘਰ ਦੀ ਲੋੜ ਆ, ਜਿਨ੍ਹਾਂ ਨੂੰ ਵਾਕਈ ਘਰ ਦੀ ਵੈਲਿਊ ਪਤਾ ਵਾਕਈ ਹੁੰਦੀ ਆ, ਕਿਉਂਕਿ ਉਹ ਇੰਨਾ ਜ਼ਿਆਦਾ ਸੜਕਾਂ 'ਤੇ ਰੁਲ ਚੁੱਕੇ ਆ। ਉਹਨਾਂ ਲਈ ਘਰ ਦਾ ਮਤਲਬ ਆਪਣੇ ਨਾਲੋਂ ਕੁਛ ਜ਼ਿਆਦਾ ਮਹੱਤਵ ਨਾ ਰੱਖਦਾ। ਅੱਜ ਫਿਰ ਲਾਈਵ ਹੋਇਆ ਤੁਹਾਡੇ ਨਾਲ ਜੀ ਇੱਥੇ ਨਵੀਂ ਬਿਲਡਿੰਗ ਤੋਂ। ਅੱਗੇ ਵੀ ਕਈ ਵਾਰ ਅਕਸਰ ਅਸੀਂ ਇੱਥੋਂ ਲਾਈਵ ਹੁੰਦੇ ਰਹਿੰਦੇ ਹਾਂ ਅਤੇ ਸੰਗਤ ਨੂੰ ਜਾਣਕਾਰੀਆਂ ਦਿੰਦੇ ਰਹਿੰਦੇ ਹਾਂ ਅਤੇ ਕੁਛ ਆਪਣੇ ਦਿਲ ਦੀਆਂ ਉਹਨਾਂ ਗੱਲਾਂ ਤੋਂ ਵਾਕਫ ਕਰਵਾਉਂਦੇ ਰਹਿੰਦੇ ਹਾਂ ਜਿਹੜੀਆਂ ਨੂੰ ਜਾਣਨਾ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਆ, ਕਿਉਂਕਿ ਮਨੁੱਖਤਾ ਦੀ ਸੇਵਾ ਪਰਿਵਾਰ ਇਕੱਲਾ ਸਾਡਾ ਪਰਿਵਾਰ ਨਹੀਂ ਹੈਗਾ, ਆਪਣੇ ਸਾਰੇ ਵੀਰਾਂ ਭੈਣਾਂ ਦਾ, ਸਾਡੇ ਮਾਵਾਂ ਅਤੇ ਬਜ਼ੁਰਗਾਂ ਦਾ, ਸਾਡੇ ਉਹਨਾਂ ਹਰੇਕ ਮੈਂਬਰ ਦਾ ਪਰਿਵਾਰ ਹੈ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ, ਚਾਹੇ ਫਿਜੀਕਲੀ, ਚਾਹੇ ਉਹ ਸਾਡੇ ਉਹ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਰਹਿੰਦੇ ਇਸ ਟਾਈਮ। ਕਈ ਵਾਰ ਜ਼ਿੰਦਗੀ ਦੇ ਵਿੱਚ ਆਪਾਂ ਨੇ ਦੌੜ ਭੱਜ ਦੇ ਵਿੱਚ ਆਪਾਂ ਇੰਨਾ ਅੱਗੇ ਨਿਕਲ ਜਾਂਦੇ ਹਾਂ, ਆਪਾਂ ਆਲੇ ਦੁਆਲੇ ਆਪਣੇ ਦੇਖਣਾ ਬੰਦ ਕਰ ਦਿੰਦੇ ਹਾਂ ਵੀ ਕੀ ਹੋ ਰਿਹਾ ਵਾ, ਅਤੇ ਉੱਦਾਂ ਦੀਆਂ ਕੁਛ ਕੌੜੀਆਂ ਸੱਚਾਈਆਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਅਕਸਰ ਜਦ ਸੇਵਾ ਕਰਦੇ ਸਮੇਂ, ਤਾਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ। ਜਿਵੇਂ ਕਿ ਕੱਲ੍ਹ ਰਾਤ ਵਾਲੀ ਜਿਹੜੀ ਤੁਸੀਂ ਵੀਡੀਓ ਦੇਖੀ ਹੋਣੀ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਪੇਜ ਦੇ ਉੱਪਰ, ਵੀ ਉਹ ਮਾਤਾ ਸੁਰਜੀਤ ਕੌਰ ਕਿੱਦਾਂ ਬਿਲਕ ਰਹੀ ਸੀ ਰਾਤ, ਕਿੱਦਾਂ ਤੜਫ ਰਹੇ ਸੀ ਉਹ ਮਾਤਾ ਜੀ ਆਪਣੇ ਪੁੱਤ ਦੇ ਲਈ, ਪੁੱਤ ਦੇ ਵਿਯੋਗ ਦੇ ਵਿੱਚ, ਜਿਹੜਾ ਅਫਸਰ ਪੁੱਤ ਪੰਚਾਇਤ ਅਫਸਰ ਪੁੱਤ ਪ੍ਰੋਫੈਸਰ ਧੀਆਂ ਟੀਚਰ ਜਿਹੜੀਆਂ
ਵਧੀਆ ਕਾਲਜਾਂ ਦੇ ਵਿੱਚ ਸਟੱਡੀ ਦੇ ਵਿੱਚ ਬੱਚਿਆਂ ਦਾ ਸਹਿਯੋਗ ਦਿੰਦੇ ਆ, ਅਤੇ ਪਰ ਆਪਣੇ ਮਾਂ ਬਾਪ ਦਿਓ ਪਤਾ ਨਹੀਂ ਕਿਵੇਂ ਭੁੱਲ ਗਏ ਉਹ, ਪਤਾ ਨਹੀਂ ਉਹ ਕਿਉਂ ਭੁੱਲ ਗਏ। ਉਹ ਮਾਂ ਸੜਕਾਂ 'ਤੇ ਰੁੜ ਰਹੀ ਸੀ ਪਿਛਲੇ ਕਈ ਸਾਲਾਂ ਤੋਂ, ਜਗਰਾਓਂ ਸਿਵਲ ਹਸਪਤਾਲ ਦੇ ਬਾਹਰ ਪਾਰਕ ਦੇ ਵਿੱਚ ਜਾਂ ਕਿਤੇ ਸੜਕ 'ਤੇ ਪਏ ਹੋਏ ਅਕਸਰ ਮਿਲਦੇ ਸੀਗੇ, ਅਤੇ ਉੱਥੋਂ ਕੁਛ ਵੀਰਾਂ ਭੈਣਾਂ ਨੇ ਸਾਨੂੰ ਦੱਸਿਆ ਤਾਂ ਉੱਥੋਂ ਸਾਡੇ ਮੈਂਬਰ ਲੈ ਕੇ ਆਏ, ਅਤੇ ਉਹ ਪਿਛਲੇ ਕਰੀਬ 3 ਮਹੀਨਿਆਂ ਤੋਂ ਮਾਤਾ ਜੀ ਸਾਡੇ ਕੋਲ ਰਹਿ ਰਹੇ ਨੇ। ਮਾਤਾ ਜੀ ਅਤੇ ਬ੍ਰਦਰ ਅਤੇ ਉਹਨਾਂ ਦਾ ਭਤੀਜਾ ਮਿਲ ਕੇ ਵੀ ਗਏ ਇੱਥੇ, ਉਹਨਾਂ ਦੇ ਬੇਟੇ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਰਹਿ ਰਹੇ ਨੇ ਸਾਡੇ ਕੋਲ ਮਾਤਾ ਜੀ, ਅਤੇ ਮਾਤਾ ਜੀ ਦੇ ਸਾਰੇ ਪਰਿਵਾਰ ਨੂੰ ਪਤਾ ਵਾ, ਪਰ ਕੋਈ ਵੀ ਹੋਰ ਮਿਲਣ ਲਈ ਨਹੀਂ ਆਇਆ। ਸਾਡੇ ਕਾਫੀ ਵੀਰਾਂ ਭੈਣਾਂ ਨੂੰ ਸੁਨੇਹਾ ਲਾਉਣ ਦੇ ਬਾਵਜੂਦ ਵੀ ਮਾਤਾ ਨੂੰ ਕੋਈ ਮਿਲਣਾ ਨਹੀਂ ਆ, ਅਤੇ ਮਾਤਾ ਪਿਛਲੇ 3 ਮਹੀਨਿਆਂ ਤੋਂ ਇੰਨਾ ਜ਼ਿਆਦਾ ਰੋਂਦੇ ਆ, ਅਤੇ ਪਿਛਲੇ 1.5 ਮਹੀਨੇ ਤੋਂ ਤਾਂ ਹਰ ਰੋਜ਼ ਉਹ ਜਿਵੇਂ ਇੱਕ ਟਿਪੀਕਲੀ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਕੀਰਨੇ ਪਾਉਂਦੀਆਂ ਹੁੰਦੀਆਂ ਕਿਸੇ ਦੇ ਮਰੇ ਤੋਂ, ਉੱਦਾਂ ਮਾਤਾ ਕੀਰਨੇ ਪਾ ਪਾ ਕੇ ਰੋਂਦੀ ਆ ਵਿਚਾਰੀ। ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਤਾ ਨਹੀਂ ਕਿੱਥੋਂ ਕਰ ਗਈ ਵੀ ਉਹਦਾ ਪੁੱਤ ਆ ਜਿਹੜਾ ਚੁੱਕਿਆ ਵਾ, ਅਤੇ ਉਹਨੂੰ ਬਹੁਤ ਸਮਝਾਉਣ ਦੇ ਬਾਵਜੂਦ ਵੀ ਉਹਨੂੰ ਇਹ ਗੱਲ ਸਮਝ ਨਹੀਂ ਆ ਰਹੀ ਮਾਤਾ ਜੀ ਨੂੰ ਵੀ ਨਹੀਂ ਪੁੱਤ ਜਿਉਂਦਾ ਵਾ, ਵੀ ਉਹ ਡਿਊਟੀ ਕਰਦਾ ਵਾ, ਉਹ ਹਰ ਰੋਜ਼ ਡਿਊਟੀ 'ਤੇ ਜਾਂਦਾ ਵਾ, ਉਹਨੂੰ ਕੁਛ ਨਹੀਂ ਹੋਇਆ। ਪਰ ਮਾਤਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈਗੀ। ਬਹੁਤ ਦੁੱਖ ਹੁੰਦਾ, ਬੜੀ ਤਕਲੀਫ ਹੁੰਦੀ ਆ ਉਸ ਮਾਂ ਨੂੰ ਬਿਲਕਦੀ ਨੂੰ ਦੇਖ ਕੇ, ਸਾਰੀ ਸਾਰੀ ਰਾਤ ਰੋਈ ਜਾਂਦੇ, ਅੱਖਾਂ ਐਡੇ ਐਡੀਆਂ ਹੋ ਜਾਂਦੀਆਂ ਸੁੱਜ ਕੇ ਮਾਂ ਦੀਆਂ। ਡਾਕਟਰ ਨੂੰ ਵੀ ਦੱਸੀ ਜਾ, ਫਿਰ ਡਾਕਟਰ ਮੈਡੀਸਨ ਦੇ ਦਿੰਦੇ ਦਵਾਈਆਂ ਰਿਲੈਕਸ ਹੋਣ ਲਈ ਨੀਂਦ ਦੀਆਂ, ਜਾਂ ਉਹ ਤੁਹਾਨੂੰ ਪਤਾ ਹੀ ਉਹ ਤਾਂ, ਪਰ ਜ਼ਿਆਦਾ ਦਵਾਈ ਵੀ ਦੇਣੀ ਸਿਹਤ ਲਈ ਹਾਨੀਕਾਰਕ ਆ। ਏਜ ਬਹੁਤ ਆ ਮਾਤਾ ਸੁਰਜੀਤ ਕੌਰ ਤਤਲਾ ਮਾਤਾ ਜੀ ਦੇ ਦੱਸਣ 'ਚ ਆਇਆ ਵਾ। ਇੱਕ ਹੀ ਪਰਿਵਾਰ ਵੀ ਪੂਰਾ ਪੜ੍ਹਿਆ ਲਿਖਿਆ ਪਰਿਵਾਰ ਆ, ਇਹਨਾਂ ਦੇ ਬ੍ਰਦਰ ਆ ਜਿਹੜੇ ਉਹ ਵੀ ਟੀਚਰ ਆ, ਭਤੀਜੇ ਵੀ ਚੰਗੇ ਪੋਸਟਾਂ 'ਤੇ ਆ, ਵਧੀਆ ਪੜ੍ਹੇ ਲਿਖੇ ਆ, ਖੇਤੀਬਾੜੀ ਕਰਦੇ ਆ ਨਾਲ, ਜ਼ਿਮੀਂਦਾਰ ਆ ਚੰਗੇ ਤਕੜੇ, ਅਤੇ ਸਹੁਰੇ ਪਰਿਵਾਰ ਵੀ ਮਾਤਾ ਜੀ ਦੇ 30-35 ਕਿੱਲੇ ਜ਼ਮੀਨ ਆ। ਮਾਤਾ ਜੀ ਦੇ ਹਸਬੈਂਡ ਸੀ ਜਿਹੜੇ ਉਹ ਲੁਧਿਆਣੇ ਸਟੇਸ਼ਨ ਮਾਸਟਰ ਹੁੰਦੇ ਸੀਗੇ ਉਸ ਟਾਈਮ ਸਟੇਸ਼ਨ ਮਾਸਟਰ ਹੋਣਾ ਬੜੀ ਵੱਡੀ ਗੱਲ ਸੀ, ਬੜੇ ਘੱਟ ਲੋਕ ਉਸ ਟਾਈਮ ਇਸ ਲੈਵਲ 'ਤੇ ਜਾਂਦੇ ਸੀ। ਅਤੇ ਮਾਤਾ ਜੀ ਦੇ 3 ਬੱਚੇ ਹੋਏ, 2 ਬੇਟੀਆਂ ਅਤੇ 1 ਬੇਟਾ। ਮਾਤਾ ਜੀ ਦੇ ਘਰ ਦੀ ਸਟੋਰੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਅੱਜ, ਸ਼ਾਇਦ ਤੁਹਾਡੇ ਨੇੜੇ ਤੇੜੇ ਵੀ ਇੱਦਾਂ ਦੀਆਂ ਸਟੋਰੀਆਂ ਦੇ ਵਿੱਚ ਵੀ ਤੁਸੀਂ ਵੀ ਵਿਚਰਦੇ ਹੋਵੋ, ਤੁਹਾਡੇ ਨੇੜੇ ਤੇੜੇ ਕੁਛ ਰਿਸ਼ਤੇਦਾਰੀ 'ਚ ਜਾਂ ਕਿਸੇ ਪਿੰਡ ਦੇ ਵਿੱਚ ਤੁਸੀਂ ਸੁਣਿਆ ਹੋਵੇ। ਯਾਨੀ ਕਿ ਅਸੀਂ ਡਿਸਕਲੋਜ਼ ਤਾਂ ਨਹੀਂ ਕਰਨਾ ਚਾਹੁੰਦੇ ਸੀ, ਪਰ ਅੱਜ ਹੁਣ ਵੀ ਅਸੀਂ ਪੂਰਾ ਐਡਰੈਸ ਵਗੈਰਾ ਜਾਂ ਹੋਰ ਨਾਮ ਤਾਂ ਨਹੀਂ ਕਿਸੇ ਦਾ ਲਵਾਂਗੇ, ਪਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਕਈ ਵਾਰ ਹਾਲਾਤ ਪਰਿਵਾਰ ਦੇ ਵਿੱਚ ਇੱਦਾਂ ਦੇ ਹੋ ਜਾਂਦੇ ਆ। ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਭੈਣ ਭਰਾ ਜੁੜ ਸਕਣ ਆਪਣੇ ਨਾਲ, ਕਰੀਬ 200 ਦੇ ਕਰੀਬ ਮੈਂਬਰ ਇਸ ਟਾਈਮ ਜੁੜ ਚੁੱਕੇ ਆਪਣੇ ਨਾਲ। ਅਤੇ ਆਹ ਗਰੈਂਡਰ ਬੰਦ ਕਰਾਈ ਥੋੜ੍ਹਾ ਜਿਹਾ, ਆਹ ਗਰੈਂਡਰ ਬੰਦ ਕਰਾਈ ਧੋਨੀ, ਆਹ ਬੰਦ ਕਰਾ ਦੀ, ਸੋਰੀ ਉੱਧਰ ਕੰਮ ਚੱਲਦਾ ਸੀਗਾ ਅਤੇ ਆਵਾਜ਼ ਬਹੁਤ ਆ ਰਹੀ, ਸ਼ਾਇਦ ਤੁਹਾਨੂੰ ਵੀ ਆਵਾਜ਼ ਸੁਣਨ 'ਚ ਦਿੱਕਤ ਆਉਂਦੀ ਹੋਵੇ।
ਤੇ ਮਾਫੀ ਮੰਗਦੇ ਹਾਂ। ਤੇ ਮਾਤਾ ਜੀ ਦੇ ਪਰਿਵਾਰ ਦੇ ਵਿੱਚ ਜਿਹੜੀਆਂ ਦਿੱਕਤਾਂ ਆਈਆਂ ਜਿਹਦੇ ਕਰਕੇ ਮਾਤਾ ਨੂੰ ਆਹ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਮਾਤਾ ਜੀ ਦੀ ਜਦੋਂ ਮੈਰਿਜ ਹੋਈ ਸੀਗੀ, ਉਸ ਤੋਂ ਪਹਿਲਾਂ ਮਾਤਾ ਜੀ ਦੇ ਹਸਬੈਂਡ ਦੀ ਮੈਰਿਜ ਹੋਈ ਸੀਗੀ, ਤਾਂ ਉਹਨਾਂ ਦੇ ਕਾਫੀ ਸਾਲ ਵਿਆਹ ਤੋਂ ਬਾਅਦ ਹੋ ਗਏ ਸੀਗੇ। ਵਿਆਹ ਹੋਏ ਨੂੰ ਮਾਤਾ ਜੀ ਦੇ ਜਿਹੜੇ ਪਤੀ ਸੀਗੇ, ਮਾਤਾ ਜੀ ਦੇ ਸਿਰ ਦਾ ਸਾਈਂ ਸੀ ਜਿਹੜੇ, ਪਰ ਉਹਨਾਂ ਦੇ ਬੱਚਾ ਨਹੀਂ ਹੋਇਆ ਸੀਗਾ। ਬੱਚਾ ਨਾ ਹੋਣ ਦੇ ਕਾਰਨ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਾਂ ਕਹਿਣ 'ਤੇ ਜਾਂ ਉਹਨਾਂ ਨੇ ਆਪਣੀ ਵਾਈਫ ਦੇ ਕਹਿਣ 'ਤੇ ਹੋਰ ਮੈਰਿਜ ਕਰਾ ਲਈ। ਆਪਣੀ ਵਾਈਫ ਨੂੰ ਉਹਨਾਂ ਨੇ ਕਾਗਜ਼ੀ ਪੱਤਰੀ ਤਲਾਕ ਦਿੱਤਾ, ਤਾਂ ਮਾਤਾ ਜੀ ਦੇ ਨਾਲ ਵਿਆਹ ਹੋ ਗਿਆ। ਨੋਰਮਲ ਵਿਆਹ, ਅਰੇਂਜ ਮੈਰਿਜ ਜਿੱਦਾਂ ਹੁੰਦੀ ਅੱਜ ਤੋਂ 40-45-50 ਸਾਲ ਪਹਿਲਾਂ ਮਾਤਾ ਜੀ ਦੀ ਮੈਰਿਜ ਹੋਈ ਹੋਊਗੀ, ਅਤੇ ਉਸ ਟਾਈਮ ਤੁਸੀਂ ਪਤਾ ਹੀ ਆ ਤੁਹਾਨੂੰ ਕਿੱਦਾਂ ਹੁੰਦੀਆਂ ਸੀ, ਹੈ ਨਾ, ਵਿਆਹ ਸ਼ਾਦੀਆਂ। ਮਾਤਾ ਜੀ ਵਿਆਹ ਕੇ ਆਏ, ਉਸ ਤੋਂ ਪਹਿਲਾਂ ਹੀ ਮਾਤਾ ਜੀ ਦੇ ਘਰ ਦੇ ਵਿੱਚ ਇੱਕ ਸਾਡੇ ਟਿਪੀਕਲ ਵਰਡ ਆ ਜਿਹੜਾ ਸੌਕਣ, ਉਹ ਬੈਠੇ ਸੀਗੇ ਮਾਤਾ ਜੀ ਦੇ ਘਰ ਦੇ ਵਿੱਚ। ਉਹੀ ਉਸ ਘਰ ਨੂੰ ਚਲਾ ਰਹੇ ਸੀ, ਉਸ ਘਰ ਦੇ ਇੰਚਾਰਜ ਕਹਿ ਸਕਦੇ ਹਾਂ ਉਸ ਟਾਈਮ ਉਹੀ ਸੀਗੇ, ਪਰ ਮਾਤਾ ਜੀ ਦੇ ਸੱਸ ਸਹੁਰਾ ਵੀ ਸੀਗੇ। ਅਤੇ ਉਸ ਤੋਂ ਬਾਅਦ ਮਾਤਾ ਜੀ ਦੇ 3 ਬੱਚੇ ਹੋਏ, 2 ਬੇਟੀਆਂ ਅਤੇ 1 ਬੇਟਾ ਹੋਇਆ। ਪਹਿਲਾਂ ਜਿਹੜੇ ਵਾਈਫ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਸੀ, ਅਤੇ ਉਹ ਬੱਚਿਆਂ ਨੂੰ ਨਾਲ ਉਹਨਾਂ ਦਾ ਮੋਹ ਬਹੁਤ ਸੀਗਾ, ਮਾਤਾ ਜੀ ਦੇ ਜਿਹੜੇ ਦੂਸਰੇ ਸੌਕਣ ਸੀਗੇ, ਅਤੇ ਉਹੀ ਬੱਚਿਆਂ ਨੂੰ ਸਾਂਭਦੇ ਸੀ, ਬੇਟੀਆਂ ਨੂੰ ਵੀ ਬੇਟਿਆਂ ਨੂੰ ਵੀ। ਅਤੇ ਮਾਤਾ ਨੂੰ ਉਸ ਟਾਈਮ ਹੀ ਬਹੁਤ ਘੱਟ ਬੱਚਿਆਂ ਨੂੰ ਹੱਥ ਲਾਉਣ ਦਿੱਤਾ ਜਾਂਦਾ ਸੀਗਾ, ਜਿਹੜੀ ਦੱਸਣ ਅਤੇ ਸੁਣਨ ਦੇ ਵਿੱਚ ਗੱਲ ਆਈ ਆ। ਉਸ ਕਰਕੇ ਬੱਚਿਆਂ ਦਾ ਕਹਿੰਦੇ ਪਿਆਰ ਨਹੀਂ ਪਿਆ ਮਾਂ ਦੇ ਨਾਲ, ਜਿਹੜਾ ਰਿਜ਼ਲਟ ਨਿਕਲ ਕੇ ਆਇਆ। ਕਾਫੀ ਵੀਰਾਂ ਨੂੰ ਪੁੱਛਿਆ, ਬੰਦਿਆਂ ਨਾਲ ਇਹਨਾਂ ਨਾਲ ਸੰਪਰਕ ਹੋਇਆ, ਇਹਨਾਂ ਦੇ ਰਿਸ਼ਤੇਦਾਰ ਕੁਛ ਹੋਰ ਬਾਹਰ ਅੰਦਰ ਜਿਹੜੇ ਬੈਠੇ ਆ, ਇਹਨਾਂ ਦੇ ਜਾਣਕਾਰ, ਉਹਨਾਂ ਨੇ ਵੀ ਸਾਨੂੰ ਕਾਫੀ ਫੋਨ ਕਰਕੇ ਇਹਨਾਂ ਬਾਰੇ ਦੱਸਿਆ, ਮਾਤਾ ਜੀ ਦੀ ਜ਼ਿੰਦਗੀ ਦੇ ਬਾਰੇ 'ਚ ਵੀ ਮਾਤਾ ਜੀ ਦੇ ਹਾਲਾਤ ਉਦੋਂ ਤੋਂ ਹੀ ਖਰਾਬ ਹੋ ਗਏ ਸੀਗੇ ਬੱਚੇ ਹੋਣ ਤੋਂ ਬਾਅਦ। ਫਿਰ ਉਹ ਮਾਤਾ ਜੀ ਦੂਸਰੇ ਮਾਤਾ ਜੀ ਸੀ, ਵੱਡੇ ਮਾਤਾ ਜੀ, ਉਹਨਾਂ ਨੇ ਬੱਚਿਆਂ ਨੂੰ ਸੰਭਾਲ ਲਿਆ ਸੀਗਾ, ਅਤੇ ਮਾਤਾ ਜੀ ਨੂੰ ਘਰ ਦੇ ਵਿੱਚ ਉਹ ਪੁਜੀਸ਼ਨ, ਉਹ ਜਗ੍ਹਾ ਕਦੇ ਮਿਲੀ ਨਹੀਂ ਜਿਹੜੀ ਮਾਤਾ ਜੀ ਦੀ ਹੋਣੀ ਚਾਹੀਦੀ ਸੀ। ਜਿਹੜੇ ਘਰ ਦੇ ਵਿੱਚ ਮਾਤਾ ਸਰਦਾਰਨੀ ਬਣ ਕੇ ਵਿਆਹੀ ਗਈ ਸੀ, ਉਸ ਘਰ ਦੇ ਵਿੱਚ ਮਾਤਾ ਨੂੰ ਉਹ ਸਰਦਾਰੀ ਨਹੀਂ ਮਿਲੀ। ਅਤੇ ਤੁਸੀਂ ਸੋਚ ਸਕਦੇ ਹੋ ਘਰ ਦੇ ਵਿੱਚ 2 ਵਾਈਫ, ਅਤੇ ਕਿੱਦਾਂ ਹੈਂਡਲ ਕਿੱਦਾਂ ਉਹ ਸਾਰਾ ਸਿਸਟਮ ਚੱਲਦਾ, ਉਹ ਕਿੰਨਾ ਕੁਛ ਹੁੰਦਾ ਹੋਊ ਉਸ ਪਰਿਵਾਰ ਦੇ ਵਿੱਚ, ਉਸ ਘਰ ਦੇ ਵਿੱਚ ਉਸ ਟਾਈਮ ਇੱਦਾਂ ਹੀ ਬਸ ਚੱਲਦਾ ਰਿਹਾ। ਅਤੇ ਮਾਤਾ ਜੀ ਕਿਤੇ ਆਪਦੇ ਪੇਕੀ ਚਲੇ ਜਾਂਦੇ ਸੀ, ਕਿਤੇ ਆਪਦੀ ਸਿਸਟਰ ਕੋਲ, ਕਿਤੇ ਕਿੱਥੇ, ਬੱਚੇ ਦੂਸਰੇ ਵੱਡੇ ਮਾਤਾ ਜੀ ਪਾਲਦੇ ਸੀਗੇ। ਮਾਤਾ ਜੀ ਦਾ ਉਸ ਪਰਿਵਾਰ ਦੇ ਨਾਲ ਮੋਹ ਹੀ ਨਹੀਂ ਪਿਆ, ਨਾ ਬੱਚਿਆਂ ਦੇ ਨਾਲ ਪੈਣ ਦਿੱਤਾ। ਚਲੋ ਉਸ ਟਾਈਮ ਮਾਤਾ ਜੀ ਡਿਪਰੈਸ਼ਨ ਥੋੜ੍ਹਾ ਥੋੜ੍ਹਾ ਜਾਣ ਲੱਗ ਗਏ ਸੀਗੇ, ਅਤੇ ਉਹ ਡਿਪਰੈਸ਼ਨ ਵੱਧਦਾ ਵੱਧਦਾ ਇੰਨਾ ਜ਼ਿਆਦਾ ਡੀਪ ਹੋ ਗਿਆ ਅਖੀਰ ਨੂੰ, ਜਦੋਂ ਬੱਚੇ ਵੀ ਮਾਂ ਦੇ ਨਾਲ ਨਾ ਉਸ ਤਰ੍ਹਾਂ ਨਾਲ ਰਹਿੰਦੇ ਹੋਣ, ਅਤੇ ਰੱਖਣ ਨਾ ਦਿੱਤੇ ਜਾਂਦੇ ਹੋਣ, ਜਾਂ ਉਹਨੂੰ ਉੱਦਾਂ ਦਾ ਅਧਿਕਾਰ ਨਾ ਮਿਲਦਾ ਹੋਵੇ, ਤਾਂ ਦਿਮਾਗੀ ਸੰਤੁਲਨ ਵਿਗੜਨਾ ਤਾਂ ਇੱਕ ਸੁਭਾਵਿਕ ਗੱਲ ਆ। ਅਤੇ ਮਾਤਾ ਦਾ ਦਿਮਾਗੀ ਸੰਤੁਲਨ ਵਿਗੜਨ ਲੱਗ ਗਿਆ ਮਾਤਾ ਸੁਰਜੀਤ ਕੌਰ ਜੀ ਦਾ। ਮਾਤਾ ਗੁੱਸੇ 'ਚ ਬਹੁਤ ਆਉਣ ਲੱਗ ਗਏ, ਗਾਲਾਂ ਕੱਢਣ ਲੱਗ ਜਾਂਦੇ ਸੀ, ਲੜ ਪੈਂਦੇ ਸੀ, ਤਾਂ ਹੌਲੀ ਹੌਲੀ ਉਹਨਾਂ ਨੂੰ ਜਿਹੜੀਆਂ ਅਧਿਕਾਰ ਸੀਗੇ ਮਾੜੇ ਮੋਟੇ ਦਿੱਤੇ, ਉਹ ਵੀ ਵਾਪਸ ਲੈ ਲਏ ਉਹਨਾਂ ਨੇ ਖੋਲ੍ਹੇ। ਅਤੇ ਮਾਤਾ ਵਿਚਾਰੀ ਗੁਰਦੁਆਰਿਆਂ 'ਚ, ਡੇਰਿਆਂ ਦੇ ਵਿੱਚ ਰਹਿੰਦੀ ਰਹਿੰਦੀ ਇਸ ਉਮਰ ਤੱਕ ਪਹੁੰਚ ਗਈ। ਉਸ ਤੋਂ ਬਾਅਦ ਦੂਸਰੇ ਵੱਡੇ ਮਾਤਾ ਜੀ ਵੀ ਚੜ੍ਹਾਈ ਕਰ ਗਏ, ਅਤੇ ਬੱਚੇ ਵੱਡੇ ਹੋ ਗਏ,
ਅਤੇ ਬੱਚਿਆਂ ਲਈ ਜਿੰਨਾ ਕੁ ਮਾਤਾ ਕਰ ਸਕਦੇ ਸੀਗੇ ਆਪਦੇ ਪਾਲਣ ਪੋਸ਼ਣ ਦੇ ਵਿੱਚ, ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਜਿੰਨਾ ਵੀ ਇਹਨਾਂ ਦਾ ਹੱਕ ਬਣਦਾ ਸੀ ਇਹਨਾਂ ਨੇ ਆਪਦੇ ਵੱਲੋਂ ਪੂਰਾ ਕੀਤਾ। ਅਤੇ ਉਸ ਤੋਂ ਬਾਅਦ ਬੱਚੇ ਤੁਹਾਨੂੰ ਜਿਵੇਂ ਪਤਾ ਅਫਸਰ ਲੱਗ ਗਏ, ਟੀਚਰ ਲੱਗ ਗਏ, ਪ੍ਰੋਫੈਸਰ ਲੱਗ ਗਏ, ਲੈਕਚਰਾਰ ਲੱਗ ਗਏ, ਅਤੇ ਮਾਂ ਸੜਕਾਂ 'ਤੇ ਆ ਗਈ। ਅਤੇ ਮਾਂ ਦੀ ਆਦਤ ਆ ਬੋਲਣ ਦੀ, ਗਾਲਾਂ ਕੱਢਣ ਦੀ, ਲੜਨ ਦੀ, ਕਿਉਂਕਿ ਉਹ ਡਿਪਰੈਸ਼ਨ ਦੀ ਸ਼ਿਕਾਰ ਆ, ਉਹ ਸਕਿਜ਼ੋਫਰੇਨੀਆ ਇੱਕ ਬਿਮਾਰੀ ਦੀ ਸ਼ਿਕਾਰ ਆ। ਮਾਤਾ ਸ਼ੱਕ ਅਤੇ ਵਹਿਮ ਦਾ ਇਲਾਜ ਨਹੀਂ ਹੁੰਦਾ ਕੋਈ, ਉਹ ਬਿਮਾਰੀ ਆ ਮਾਤਾ ਨੂੰ। ਅਤੇ ਉਸ ਬਿਮਾਰੀ ਦੇ ਕਾਰਨ ਮਾਤਾ ਨੂੰ ਇਹ ਵੀ ਨਹੀਂ ਪਤਾ ਵੀ ਆਪਣੇ ਪਰਾਇਆਂ ਦਾ ਵੀ ਨਹੀਂ ਪਤਾ ਲੱਗਦਾ, ਅਤੇ ਮਾਤਾ ਦਾ ਦਿਮਾਗ ਹੋਰ ਜ਼ਿਆਦਾ ਵਿਗੜਦਾ ਗਿਆ। ਅਤੇ ਮਾਤਾ ਅਖੀਰ ਨੂੰ ਗੁਰਦੁਆਰਿਆਂ ਦੇ ਵਿੱਚ ਰਹਿੰਦੀ ਰਹਿੰਦੀ, ਅਖੀਰ ਨੂੰ ਸੜਕਾਂ 'ਤੇ ਆ ਗਈ, ਨਿਗਾਹ ਘੱਟ ਗਈ। ਮਾਤਾ 'ਤੇ ਕੇਸ ਕੂਸ ਵੀ ਕਰਵਾ ਤੇ, ਘਰ ਦੀ ਜ਼ਮੀਨ ਦਾ ਵੀ ਰੌਲਾ ਪੈ ਗਿਆ, ਹਿੱਸਾ ਵੀ ਮਾਤਾ ਨੇ ਆਪ ਦੇ ਤਾ, ਕਹਿੰਦੇ ਵਿੱਚੋਂ 5-7 ਲੱਖ ਰੁਪਇਆ ਮਾਤਾ ਨੂੰ ਪੁੱਤ ਨੇ ਦੇ ਤਾ, ਵਿੱਚ ਆਪਦਾ 5-7 ਲੱਖ ਲੈ ਅਤੇ ਆਪਦਾ ਸਾਈਡ 'ਤੇ ਹੋ ਜਾ, ਪਰ ਰੌਲਾ ਨਾ ਪਾ। ਪੈਸੇ ਵੀ ਬਾਅਦ 'ਚ ਮਾਤਾ ਨੂੰ ਇੱਦਾਂ ਹੀ ਰਿਸ਼ਤੇਦਾਰਾਂ ਨੇ ਪਤਾ ਨਹੀਂ ਕਿਹਨੇ ਲੈ ਲੂ ਲਏ। ਮਾਤਾ ਆਪਣੀ ਭੈਣ ਦੇ ਘਰ ਬਹੁਤ ਸਮਾਂ ਰਹੀ, ਉਹਨਾਂ ਨੇ ਵੀ ਸਾਂਭਿਆ। ਜਦ ਤੱਕ ਮਾਤਾ ਤੁਹਾਨੂੰ ਜਿਵੇਂ ਦੱਸਿਆ ਬਿਮਾਰੀ ਦੀ ਸ਼ਿਕਾਰ ਸੀ, ਮਾਤਾ ਨੂੰ ਆਪਣੇ ਪਰਾਇਆਂ ਦਾ ਪਤਾ ਲੱਗਣੋਂ ਹਟ ਗਿਆ ਸੀ, ਆਪਦੀ ਭੈਣ ਨੂੰ ਵੀ ਗਾਲਾਂ ਕੱਢਣ ਵਾਲੇ ਭਤੀਜ ਭਾਣ ਜੀ ਨੂੰ ਵੀ ਇੱਦਾਂ ਸ਼ੱਕ ਕਰਨ ਲੱਗ ਜਾਂਦੇ ਸੀ ਵੀ ਤੂੰ ਐਂ ਕਰਦਾ ਉਹ ਕਰਦਾ, ਜਿੱਦਾਂ ਕਿ ਹੁਣ ਸਾਡੇ ਕੋਲ ਵੀ ਕਰਦੇ ਨੇ ਮਾਤਾ ਜੀ। ਉਹ ਕਹਿੰਦੇ ਨੇ ਮੇਰਾ ਬੇਟਾ ਤੂੰ ਮਾਰਤਾ, ਮੇਰਾ ਪੁੱਤ ਤੂੰ ਮਾਰਤਾ, ਉਹਨੂੰ ਟੁਕੜੇ ਕਰਤੇ, ਉਹਨੂੰ ਆਰਿਆਂ ਨਾਲ ਚਰਾਤਾ, ਉਹਦੇ ਬਾਂ ਉਹਨੂੰ ਖੋਪੜੀ ਲਹਾਤੀ ਮੇਰੇ ਪੁੱਤ ਦੀ, ਯਾਨੀ ਕਿ ਕਿਉਂਕਿ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ। ਪਰ ਘਰਦਿਆਂ ਵਾਸਤੇ, ਰਿਸ਼ਤੇਦਾਰਾਂ ਵਾਸਤੇ ਬਹਾਨਾ ਹੈਗਾ ਬਹੁਤ ਵਧੀਆ ਵੀ ਮਾਤਾ ਜਾਣ ਕੇ ਕਰਦੀ ਆ, ਮਾਤਾ ਗਾਲਾਂ ਕੱਢਦੀ ਆ, ਮਾਤਾ ਲੜਦੀ ਆ, ਮਾਤਾ ਸਾਨੂੰ ਇੱਦਾਂ ਬੋਲਦੇ ਆ। ਅਤੇ ਉਹ ਬਹਾਨਾ ਸਾਡੇ ਕੋਲ ਵੀ ਹੈਗਾ ਇਸ ਟਾਈਮ, ਅਸੀਂ ਵੀ ਕਹਿ ਸਕਦੇ ਹਾਂ ਵੀ ਮਾਤਾ ਤਾਂ ਬਹੁਤ ਜ਼ਿਆਦਾ ਅਗਰੈਸਿਵ ਆ, ਗਾਲਾਂ ਕੱਢਦੇ ਆ ਗੁੱਸੇ, ਸਾਨੂੰ ਐਂ ਕਹਿੰਦੇ ਆ, ਮਾਤਾ ਅਸੀਂ ਵੀ ਕੱਢ ਦਿੰਦੇ ਹਾਂ ਮਾਤਾ ਜੀ ਨੂੰ, ਮਾਤਾ ਫਿਰ ਸੜਕ 'ਤੇ ਚਲੇ ਜਾਣਗੇ। ਬਸ ਅਸੀਂ ਇੰਨਾ ਹੀ ਸਵਾਲ ਪੁੱਛਣਾ ਚਾਹੁੰਦੇ ਹਾਂ ਪਰਿਵਾਰ ਨੂੰ, ਤੁਹਾਡੇ ਨਾਲ ਵੀ ਸਾਰਿਆਂ ਨੇ ਇਹੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਵੀ ਕੀ ਉਹ ਬਹਾਨਾ ਲੈ ਕੇ ਅਸੀਂ ਵੀ ਮਾਤਾ ਨੂੰ ਛੱਡ ਨਹੀਂ ਸਕਦੇ ਸੜਕ 'ਤੇ ਵੀ ਮਾਤਾ ਤਾਂ ਗਾਲਾਂ ਪਾਓ, ਕਿਉਂਕਿ ਹਰ ਰੋਜ਼ ਤੁਸੀਂ ਜਿਹੜੇ ਵੀਰ ਇੱਥੇ ਆਉਂਦੇ ਆ ਵਿਜ਼ਿਟ ਕਰਕੇ ਗਏ ਆ ਜਾਂ ਤੁਸੀਂ ਆ ਕੇ ਪਲੀਜ਼ ਦੇਖ ਕੇ ਜਾਇਓ ਜ਼ਰੂਰ, ਕਿੱਦਾਂ ਮਾਤਾ ਰੌਲਾ ਪਾਉਂਦੇ ਨੇ, ਗਾਲਾਂ ਕੱਢਦੇ ਨੇ, ਕੀਰਨੇ ਪਾਉਂਦੇ ਨੇ, ਹਰ ਰੋਜ਼ ਝੋਲਾ ਕੱਪੜਿਆਂ ਦਾ ਲੈ ਕੇ ਉੱਥੇ ਬੈਠ ਜਾਂਦੇ ਨੇ ਜਾਣ ਲਈ। ਹਰ ਰੋਜ਼ ਕਿਸੇ ਨਾ ਹਰੇਕ ਗੱਡੀ ਵਾਲਾ ਕੋਈ ਆਉਂਦਾ ਸਾਡੇ ਕੋਲ ਵਿਜ਼ਿਟਰ, ਉਹਨੂੰ ਕਹਿੰਦੇ ਨੇ ਮੈਨੂੰ ਜਾਣ ਨਹੀਂ ਦਿੰਦੇ, ਮੈਨੂੰ ਤੰਗ ਕਰਦੇ ਆ, ਇੱਦਾਂ ਕਰਦੇ ਆ, ਤਾਂ ਜਾਂ ਸਾਡੇ ਨਾਲ ਲੜਦੇ ਆ ਵੀ ਮੈਨੂੰ ਜਾਣੇ ਤੁਸੀਂ ਮਾਰਤਾ ਮੇਰਾ, ਤੁਸੀਂ ਮਰ ਜਾਓ, ਇੰਨੀਆਂ ਜਾਣੀ ਕਿ ਦਰਸੀਸਾਂ ਦਿੰਦੇ ਨੇ ਮਾਤਾ ਸਵੇਰ ਤੋਂ ਸ਼ਾਮ ਤੱਕ ਵੀ ਤੁਹਾਡੇ ਬੱਚੇ ਮਰ ਜਾਣ, ਤੁਸੀਂ ਮਰ ਜਾਓ, ਤੁਹਾਡਾ ਪਰਿਵਾਰ ਖਤਮ, ਤੁਹਾਡਾ ਆਹ ਹੋ ਜਾਵੇ, ਇੱਦਾਂ ਹੋ ਜਾਵੇ, ਯਾਨੀ ਕਿ ਕੀ ਇਹ ਚੀਜ਼ਾਂ ਸਾਡੇ ਲਈ ਇੱਕ ਬਹਾਨਾ ਨਹੀਂ ਬਣ ਸਕਦੀਆਂ। ਅਸੀਂ ਵੀ ਕਹਿ ਨਹੀਂ ਸਕਦੇ ਕਿ ਮਾਤਾ ਵੀ ਤੂੰ ਜਾ, ਮਾਤਾ ਤੂੰ ਸਾਨੂੰ ਗਾਲਾਂ ਕੱਢਦੇ ਹਾਂ ਕਿ ਇਹੀ ਉਹਨਾਂ ਦੇ ਬੇਟਿਆਂ ਨੂੰ ਕਾਹਤੋਂ ਨਹੀਂ ਇਹ ਗੱਲ ਦੀ ਸਮਝ ਆਈ, ਉਹਦੇ ਉਹਨਾਂ ਦੀ ਬੇਟੀ ਨੂੰ ਕਾਹਤੋਂ ਨਹੀਂ ਇਸ ਗੱਲ ਦੀ ਸਮਝ ਆਈ ਜਿਹੜੀ ਸਾਨੂੰ ਆ ਗਈ ਵੀ ਮਾਤਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ। ਜਿੱਥੇ ਮਾਤਾ ਦੀ ਸੇਵਾ ਹੋ ਰਹੀ ਹੋਵੇ, ਰੋਟੀ ਪਾਣੀ ਵਧੀਆ ਮਿਲਦਾ ਹੋਵੇ, ਇੱਜ਼ਤ ਮਿਲਦੀ ਹੋਵੇ, ਉੱਥੇ ਵੀ ਜੇ ਮਾਤਾ ਗਾਲਾਂ ਕੱਢ ਰਹੀ ਹੈ ਤਾਂ ਮਤਲਬ ਦਿਮਾਗੀ ਸੰਤੁਲਨ ਠੀਕ ਨਹੀਂ। ਕੌਣ ਚਾਹੁੰਦਾ ਅੱਜ ਕੱਲ੍ਹ ਦੇ ਸਮੇਂ 'ਚ ਸੜਕ 'ਤੇ ਸੌਣਾ, ਇੰਨੀ ਠੰਡ ਦੇ ਵਿੱਚ ਜ਼ਮੀਨ ਦੇ ਉੱਪਰ ਸੌਣਾ। ਜਦੋਂ ਮਾਤਾ ਜੀ ਨੂੰ ਲੈ ਕੇ ਆਏ ਸੀ ਅਸੀਂ ਨਵੰਬਰ ਦੇ ਵਿੱਚ, ਮਾਤਾ 11ਵੇਂ ਮਹੀਨੇ ਦੇ ਵਿੱਚ ਆਏ ਸੀਗੇ, ਅਤੇ ਉਦੋਂ ਠੰਡ ਹੁੰਦੀ ਹੈ ਤੁਹਾਨੂੰ ਪਤਾ ਦਿਵਾਲੀ ਦੇ ਦਿਨਾਂ ਦੇ ਵਿੱਚ, ਉਦੋਂ ਮਾਤਾ ਬਾਹਰ ਸੜਕ 'ਤੇ ਸੌਂਦੇ ਸੀਗੇ। ਕੌਣ ਕਿਹਦਾ ਜੀ ਕਰਦਾ ਸੜਕ 'ਤੇ ਸੌਣ ਨੂੰ, ਕਿਹਦਾ ਜੀ ਕਰਦਾ ਪਾਰਕ ਦੇ ਵਿੱਚ ਗਿੱਲੇ ਘਾਹ ਦੇ ਉੱਪਰ ਤੇਲ ਪਈ ਹੋਈ ਅਤੇ ਉਹਦੇ ਉੱਪਰ ਸੌਣ ਨੂੰ, ਠੰਡ 'ਚ ਕੁੰਗੜ ਕੇ ਨੀਲੇ ਹੋਏ ਸੀ ਹੱਥ ਪੈਰ ਮਾਤਾ ਦੇ, ਜਿੱਦਣ ਅਸੀਂ ਲੈ ਕੇ ਆਏ ਹਾਂ ਮਾਤਾ ਇੰਨੀ ਠੰਡ ਦੇ ਵਿੱਚ ਪਈ ਸੀ ਬਾਹਰ, ਅਤੇ ਜਿਉਂਦੀ ਰਹੇ ਉਹ ਭੈਣ ਸਾਡੀ ਜਿਹਨੇ ਸਾਨੂੰ ਦੱਸਿਆ ਸੀਗਾ, ਜਿਹਦੇ ਕਰਕੇ ਇਸ ਭੈਣ ਮਾਤਾ ਜੀ ਦੀ ਸੇਵਾ ਦਾ ਮੌਕਾ ਮਿਲਿਆ। ਉਹ ਭੈਣ ਵਿਚਾਰੀ 2 ਦਿਨ ਮਾਤਾ ਨੂੰ ਉੱਥੇ ਉਹਨਾਂ ਨੇ ਸਾਂਭਿਆ, ਰਾਤ ਨੂੰ ਪਤਾ ਲੱਗਿਆ ਉਹਨੂੰ, ਜਦੋਂ ਮਾਤਾ ਨੂੰ ਉਹਨਾਂ ਨੇ ਸ਼ਾਲ ਵਗੈਰਾ ਦਿੱਤਾ, ਗਰਮ ਲੋਈ ਵਗੈਰਾ, ਹੋਰ ਚਾਹ ਵਗੈਰਾ, ਪ੍ਰਸ਼ਾਦਾ ਵੀ ਛਕਾਇਆ, ਫਿਰ ਸਾਨੂੰ ਦੱਸਿਆ, ਫਿਰ ਅਸੀਂ ਲੈ ਕੇ ਆਏ।
ਯਾਨੀ ਕਿ ਅਸੀਂ ਦੱਸਣਾ ਚਾਹੁੰਦੇ ਵੀ ਉਹਨਾਂ ਦੇ ਪਰਿਵਾਰ ਨੇ ਤਾਂ ਇਸ ਗੱਲ ਦਾ ਬਹਾਨਾ ਲੈ ਲਿਆ ਵੀ ਮਾਤਾ ਗਾਲਾਂ ਕੱਢਦੀ ਹੈ ਜੀ, ਇਹਨਾਂ ਤਾਂ ਐਂ ਹੋਣਾ ਚਾਹੀਦਾ, ਇਹਦੀ ਜਵਾਨ ਗੰਦੀ ਹੈ ਜੀ, ਇਹ ਪਤਾ ਨਹੀਂ ਕੀ ਕੀ। ਤਾਂ ਉਹ ਹੁਣ ਵੀ ਸਾਡੇ ਨਾਲ ਉਹੀ ਕੁਛ ਕਰਦੇ ਆ, ਮਾਤਾ ਜੀ ਗਾਲਾਂ ਕੱਢਦੇ ਆ ਬਹੁਤ ਜ਼ਿਆਦਾ, ਪਰ ਬਿਲਕਦੇ ਬਹੁਤ ਆ, ਇੰਨਾ ਜ਼ਿਆਦਾ ਰੋਂਦੇ ਆ ਮਾਤਾ ਜੀ ਆਪਣੇ ਪੁੱਤ ਨੂੰ, ਯਾਨੀ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਇਸ ਗੱਲ ਨੂੰ, ਇੰਨੀ ਤਕਲੀਫ ਦੇ ਵਿੱਚ ਆ ਮਾਤਾ ਜੀ, ਅਸੀਂ ਇਸ ਗੱਲ ਨੂੰ ਬਿਆਨ ਨਹੀਂ ਕਰ ਪਾ ਰਹੇ ਵੀ ਅਸੀਂ ਕੀ ਕਹੀਏ ਕੀ ਸਮਝਾਈਏ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੇ ਮਦਰ ਆ ਉਹਨਾਂ ਨੂੰ, ਵੀ ਤੁਸੀਂ ਆਪਣੀ ਮਾਂ ਨੂੰ ਇੱਕ ਵਾਰੀ ਮਿਲਣ ਵੀ ਨਹੀਂ ਆਏ ਯਾਰ। ਉਹ ਅਫਸਰ ਪੁੱਤ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਵਾਰੀ ਮਿਲ ਤਾਂ ਜਾ, ਕਿੱਡਾ ਗੁੱਸਾ, ਐਡਾ ਕਿਹੜੀ ਗੱਲ ਹੋ ਗਈ ਜਿਹੜੀ ਮਾਂ ਦੇ ਨਾਲ ਤੇਰੀ, ਵੀ ਯਾਰ ਤੂੰ ਉਹਨੂੰ ਮਿਲਣ ਵੀ ਨਹੀਂ ਆ ਰਿਹਾ, ਇਹੋ ਜਿਹਾ ਕੀ ਮਾਤਾ ਨੇ ਕਸੂਰ ਕਰਤਾ ਵੀ ਜਿਹੜਾ ਤੂੰ ਇੰਨਾ ਗੁੱਸਾ ਕਰੀ ਬੈਠਾ ਆਪਣੀ ਉਹ ਜੰਮਣ ਵਾਲੀ ਮਾਂ ਦੇ ਨਾਲ, ਜਿਹੜੀ ਜਿਹਨੇ ਤੈਨੂੰ ਜਨਮ ਦਿੱਤਾ, ਜਿਹਨੇ 9 ਮਹੀਨੇ ਆਪਣੇ ਪੇਟ 'ਚ ਰੱਖਿਆ, ਕਹਿੰਦੇ 66 ਹੱਡੀਆਂ ਟੁੱਟਣ ਜਿੰਨੀ, ਇੱਕੋ ਟਾਈਮ ਟੁੱਟਣ ਜਿੰਨੀ ਪੇਨ ਹੁੰਦੀ ਆ ਜਦੋਂ ਕੋਈ ਮਾਂ ਇੱਕ ਬੱਚੇ ਨੂੰ ਜਨਮ ਦਿੰਦੇ ਆ, ਅਤੇ ਉਸ ਤਕਲੀਫ ਦੇ ਹਿਸਾਬ ਨਾਲ ਹੀ ਕੱਲ੍ਹ ਰਾਤ ਦੀ ਵੀਡੀਓ ਆ ਮਾਤਾ ਜੀ ਦੀ। ਹਾਏ ਪਾਪੀਆਂ ਨੇ ਧੀਆਂ ਦੇ ਮੱਥੇ ਨਹੀਂ ਲੱਗਣ ਦਿੱਤਾ, ਹਾਏ ਮੈਂ ਪੁੱਤ ਨੂੰ ਵੇਖਣ ਆਈ ਸੀ, ਹਾਏ ਹਾਏ ਹਾਏ, ਉਦੋਂ ਪਿੱਛੋਂ ਮੇਰਾ ਕੀ ਕੰਮ ਸੀ ਉੱਥੇ ਰਹਿਣ ਦਾ, ਹਾਏ ਮੇਰੀ ਕਿਸੇ ਨਾਲ ਕੋਈ ਸਕੀਰੀ ਨਹੀਂ, ਹਾਏ ਹਾਏ ਮੇਰੇ ਨਾਲ ਕੋਈ ਕਿਸੇ ਦੀ ਕੋਈ ਸਕੀਰੀ ਨਹੀਂ, ਮੈਨੂੰ ਕਿਸੇ ਦਾ ਮੋਹ ਪਿਆਰ ਨਹੀਂ ਆਉਂਦਾ, ਮੈਂ ਬੱਧੀ ਦੇ ਦਿਨ ਕੱਢਦੀ ਪੈ ਰਹੇ ਮਰੀ ਵੀ ਆ, ਮੈਂ ਕੋਲੇ ਬੈਠੀ ਨੇ ਪੁੱਤ ਮਰਵਾ ਲਿਆ, ਹਾਏ 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 ਕੋਲ ਬੈਠੀ ਦੇ ਪੁੱਤ ਦੇ ਟੁਕੜੇ ਖਿਲਾ ਲੇ ਲੋਕ, ਅੱਜ ਮੈਂ ਨਾ ਮਿਲਿਆ ਅੱਜ ਨਾ ਜਿਉਂਦਿਆ ਅੱਜ ਦੇ ਦਿੱਤਾ, ਹਾਏ ਮੇਰੇ ਜਿੰਨੀ ਕਿਸਮਤ ਕਿਸੇ ਦੀ ਮਾੜੀ ਨਾ ਹੋਵੇ ਦੇ ਦਿੱਤਾ। ਸੁਰਜੀਤ ਕੌਰ ਆ ਜੀ, ਜਾਣੀ ਕਿ ਖੁਦ ਆਪਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ, ਲੋਕ ਅੰਡੇ ਖੜ੍ਹੇ ਹੋ ਜਾਂਦੇ ਆ ਇਸ ਮਾਂ ਦੀਆਂ ਗੱਲਾਂ ਸੁਣ ਕੇ, ਇਹਦੇ ਲਫ਼ਜ਼ ਨਿਕਲਦੇ ਮੂੰਹ ਦੇ ਵਿੱਚੋਂ ਚੀਰਦੇ ਜਾਂਦੇ ਆ ਦਿਲ ਨੂੰ। ਕੀਰਨੇ ਜਦੋਂ ਪਾਉਂਦੀ ਆ ਮਾਂ, ਇੱਦਾਂ ਲੱਗਦਾ ਵੀ ਸ਼ਾਇਦ ਅਸੀਂ ਮਰ ਗਏ ਹੋਈਏ, ਸ਼ਾਇਦ ਸਾਡੀਆਂ ਜ਼ਮੀਰਾਂ ਮਰ ਗਈਆਂ, ਸ਼ਾਇਦ ਅਸੀਂ ਉਹ ਸਰਦਾਰਾਂ ਦੀ ਕੌਮ, ਉਹ ਸਿੱਖ ਕੌਮ ਦੇ ਵਿੱਚ ਦੇ ਅੰਸ਼ ਜਾਂ ਵੰਸ਼ ਨਹੀਂ ਰਹੇ, ਜਿਹੜੇ ਲੋਕਾਂ ਦੀਆਂ ਮਾਵਾਂ ਨੂੰ ਵੀ ਰੋਂਦੀਆਂ ਬਿਲਕਦੀਆਂ ਨੂੰ ਦੇਖ ਕੇ ਆਪਦਾ ਬਾਰ ਗਏ ਸਾਰਾ ਕੁਛ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ
ਕਿੱਦਾਂ ਸਭ ਕੁਛ ਵਾਰਤਾ, ਫਿਰ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਆਪਣਾ ਸਭ ਕੁਛ ਵਾਰਤਾ ਸਾਡੀ ਖਾਤਰ, ਅਤੇ ਅੱਜ ਫਰਕ ਕੀ ਪਿਆ? ਫਿਰ ਉਹੀ ਹਾਲਾਤ ਨੇ। ਉਦੋਂ ਬਾਹਰੋਂ ਆਉਂਦੇ ਹੁੰਦੇ ਸੀ ਮੁਗਲ ਹਮਲਾ ਕਰਨ ਸਾਡੇ 'ਤੇ, ਉਦੋਂ ਅਸੀਂ ਉਹਨਾਂ ਨਾਲ ਲੜਦੇ ਸੀ। ਉਹਨਾਂ ਨਾਲ ਲੜਨਾ ਸੌਖਾ ਸੀ, ਅਸੀਂ ਇੱਕ ਕਬੀਲਾ ਇਕੱਠਾ ਹੋ ਕੇ ਇੱਕ ਜਰਨੈਲ ਨੂੰ ਮੂਹਰੇ ਲਾ ਕੇ ਅਸੀਂ ਲੜ ਲੈਂਦੇ ਸੀ ਉਹਨਾਂ ਨਾਲ। ਹੁਣ ਮੁਗਲ ਸਾਡੇ ਘਰਾਂ 'ਚ ਬੈਠ ਗਏ, ਆ ਕੇ ਸਾਡੇ ਅੰਦਰ ਬੈੱਡਰੂਮਾਂ 'ਚ ਬੈਠ ਗਏ, ਸਾਡੇ ਪੇਟਾਂ ਦੇ ਵਿੱਚੋਂ ਪੈਦਾ ਹੋਣ ਲੱਗ ਗਏ ਉਹ ਮੁਗਲ। ਉਹ ਇਨਸਾਨੀਅਤ ਨੂੰ ਖਤਮ ਕਰਨ ਵਾਲੇ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਧੀ ਪੁੱਤ ਬਣ ਕੇ ਬੈਠੇ, ਅਸੀਂ ਕਿੱਦਾਂ ਉਹਨਾਂ ਨੂੰ ਖਤਮ ਕਰਾਂਗੇ, ਕਿਵੇਂ ਮਾਰਾਂਗੇ? ਕੋਈ ਬਾਹਰੋਂ ਚੀਜ਼ ਆਉਂਦੀ ਆ ਉਹਨੂੰ ਰੋਕ ਸਕਦੇ ਹਾਂ ਦਰਵਾਜ਼ਾ ਲਾ ਕੇ? ਜਿਹੜੀ ਅੰਦਰੋਂ ਉੱਠ ਕੇ ਆਪਾਂ ਨੂੰ ਮਾਰਨ ਪੈ ਜੇ ਉਹਨੂੰ ਕਿੱਦਾਂ ਰੋਕ ਲਾਂਗੇ ਜੀ? ਜਿਹੜੀ ਕਿ ਬਹੁਤ ਤਕਲੀਫ ਹੁੰਦੀ ਆ। ਮਾਤਾ ਸੁਰਜੀਤ ਕੌਰ ਜੀ ਦੇ ਬਾਰੇ 'ਚ ਤੁਹਾਨੂੰ ਦੱਸਿਆ ਇਸ ਕਰਕੇ ਅੱਜ ਸਾਰਾ ਕੁਛ, ਵੀ ਉਸ ਮਾਂ ਦੇ 3 ਧੀਆਂ ਪੁੱਤ ਪੜ੍ਹੇ ਲਿਖੇ ਸਾਰਾ ਕੁਛ, ਪਰ ਅੱਜ ਮਾਂ ਸੜਕਾਂ 'ਤੇ ਵਿਲਕਦੀ, ਆਸ਼ਰਮ ਦੇ ਵਿੱਚ ਰਹਿੰਦੀ, ਰੋਂਦੀ, ਕੀਰਨੇ ਪਾਉਂਦੀ ਆ, ਉਹਨੂੰ ਮਿਲਣ ਵੀ ਨਹੀਂ ਆ ਰਿਹਾ ਕੋਈ, ਉਹਨੂੰ ਪੁੱਛਣ ਵੀ ਨਹੀਂ ਆ ਰਿਹਾ ਕੋਈ। ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਮਾਵਾਂ ਹੋਣਗੀਆਂ ਵਿਚਾਰੀਆਂ ਜਿਹੜੀਆਂ ਵਿਲਕਦੀਆਂ, ਜਿਹੜੀਆਂ ਇੱਦਾਂ ਰੋਈ ਜਾਂਦੀਆਂ ਬੈਠੀਆਂ ਘਰਾਂ ਦੇ ਵਿੱਚ, ਸੜਕਾਂ ਦੇ ਉੱਤੇ ਰੁੜ ਰਹੀਆਂ ਨੇ। ਪਤਾ ਨਹੀਂ ਕਿੰਨੀਆਂ ਇੱਦਾਂ ਦੀਆਂ ਸਾਡੇ ਮਾਵਾਂ, ਸਾਡੇ ਬਾਪ, ਸਾਡੇ ਤਾਏ ਚਾਚੇ, ਸਾਡੇ ਭੂਆ ਫੁੱਫੜ, ਮਾਸੀਆਂ, ਮਾਸੜ, ਰਿਸ਼ਤੇਦਾਰ ਸਾਰੇ ਹੀ ਹੈਗੇ ਆ। ਬਸ ਰਿਸ਼ਤੇਦਾਰਾਂ ਨੂੰ ਰਿਸ਼ਤੇ ਦਿਖਣੇ ਬੰਦ ਹੋ ਗਏ ਜੀ। ਯਾਨੀ ਕਿ ਦੁੱਖ ਇਸ ਗੱਲ ਦਾ ਵਾ ਵੀ ਅਸੀਂ ਕਦੋਂ ਜਾਗਾਂਗੇ, ਸਾਨੂੰ ਕਦੋਂ ਸਮਝ ਆਊ ਸਾਡੀ ਉਹ ਭਾਈਚਾਰਕ ਸਾਂਝ ਜਿਹੜੀ ਪਿੰਡਾਂ 'ਚ ਹਰੇਕ ਰਿਸ਼ਤੇ ਦਾਤੇ ਨੂੰ ਅਸੀਂ ਮੰਨਦੇ ਹੁੰਦੇ ਸੀ, ਸਮਝਦੇ ਹੁੰਦੇ ਸੀ, ਚਾਹੇ ਉਹ ਨਾ ਜਾਤ ਨੂੰ ਦੇਖਦੇ ਸੀ ਨਾ ਧਰਮ ਨੂੰ ਦੇਖਦੇ ਸੀਗੇ। ਅਤੇ ਅੱਜ ਤਾਂ ਅਸੀਂ ਜਾਤਾਂ ਅਤੇ ਧਰਮਾਂ ਤੋਂ ਉੱਪਰ ਤਾਂ ਅਸੀਂ ਪਾਰਟੀਆਂ 'ਚ ਹੀ ਵੰਡੇ ਗਏ ਹਾਂ ਕਿ ਅਸੀਂ ਆ ਫਲਾਨੀ ਪਾਰਟੀ ਦੇ ਆ ਬੰਦੇ ਆ, ਉਸ ਪਾਰਟੀ ਦੇ ਬੰਦੇ ਆ, ਅਤੇ ਫਿਰ ਬੰਦੇ ਬਿਲਕੀ ਜਾਂਦੇ ਆ। ਮਾਵਾਂ ਇੱਦਾਂ ਸੜਕਾਂ 'ਤੇ ਰੁਲੀ ਜਾਂਦੀਆਂ, ਅਸੀਂ ਕਹਿੰਦੇ ਵੀ ਸਾਡੇ 'ਤੇ ਕੋਈ ਪਰਚਾ ਨਾ ਕਰਾ ਦੇਵੇ ਜੀ, ਅਸੀਂ ਇਹਦੀ ਮਦਦ ਕਰਤੀ ਜਾਂ ਅਸੀਂ ਇਹਦੇ ਹੱਕ 'ਚ ਖੜ ਗਏ, ਸਾਡੀ ਪਿੰਡ 'ਚ ਦੁਸ਼ਮਣੀ ਪੈ ਜੂ। ਜਦੋਂ ਮਾਤਾ ਦੇ ਬੇਟੇ ਨੇ ਪਿੰਡ ਦੇ ਵਿੱਚ ਜਾ ਕੇ ਕਿਹਾ ਸੀ ਵੀ ਜਿਹੜਾ ਵੀ ਮੇਰੀ ਮਾਂ ਨੂੰ ਕਮਰਾ ਕਿਰਾਏ 'ਤੇ ਦੇਊਗਾ ਵੀ ਉਹ ਤਾਂ ਪੜ੍ਹਿਆ ਵਿਚਾਰ ਲਵੇ। ਅਤੇ ਮਾਤਾ ਆਪਦੇ ਪਿੰਡ 'ਚ ਹੀ ਪਹਿਲਾਂ ਕਮਰਾ ਕਿਰਾਏ 'ਤੇ ਲੈ ਕੇ ਰਹਿੰਦੀ ਸੀ, ਪਰ ਆਪਦੇ ਪੁੱਤ ਦੀ ਸਵੇਰ ਤੋਂ ਸ਼ਾਮ ਤੱਕ ਫਿਰ ਬਦਖੋਈ ਕਰਦੀ ਸੀ, ਉਹਦੀ ਬੇਇੱਜ਼ਤੀ ਹੁੰਦੀ ਸੀ। ਆਥਣ ਸਵੇਰ ਜਦੋਂ ਲੋਕ ਲਾਹਣਤਾਂ ਪਾਉਂਦੇ ਹੋਣੇ ਵੀ ਇਹਦੀ ਮਾਂ ਲੋਕਾਂ ਦੇ ਘਰ ਫਿਰਦੀ ਹੈ, ਚਾਹ ਪੀਣ ਜਾਂਦੀ, ਕਿਸੇ ਰੋਟੀ ਖਾਣ ਜਾਂਦੀ ਆ, ਤਾਂ ਪੁੱਤ ਨੇ ਐਲਾਨ ਕਰਤਾ ਵੀ ਇਹਨੂੰ ਕੰਮ। ਅਤੇ ਬਾਕੀ ਪੁੱਤ ਦੀ ਚੜ੍ਹਾਈ ਇੰਨੀ ਆ, ਜਿਹਨੇ ਕਮਰਾ ਦਿੱਤਾ ਸੀ ਉਹਨੇ ਵੀ ਵਾਪਸ ਲੈ ਲਿਆ, ਅਤੇ ਕਮਰਾ ਨਹੀਂ ਦਿੱਤਾ ਮੁੜ ਕੇ ਮਾਤਾ ਨੂੰ ਕਿਸੇ ਨੇ ਕਿਰਾਏ 'ਤੇ। ਅਤੇ ਮਾਤਾ ਨਹੀਂ ਤਾਂ ਆਪਦੇ ਪਿੰਡ 'ਚ ਕਮਰਾ ਕਿਰਾਏ 'ਤੇ ਲੈ ਕੇ ਰਹੀ ਜਾਂਦੀ, ਰੋਟੀ ਪਾਣੀ ਚਲੋ ਪਿੰਡ 'ਚੋਂ ਮਿਲ ਜਾਂਦਾ ਜਾਂ ਗੁਰੂ ਘਰ ਚਲੇ ਜਾਂਦੇ, ਕਮਰਾ ਕਿਰਾਏ 'ਤੇ ਨਹੀਂ ਮਿਲਿਆ। ਮਾਤਾ ਪਿੰਡ ਤੋਂ ਵੀ ਬਾਹਰ ਹੋ ਗਈ, ਸੜਕ 'ਤੇ ਹੀ ਆ ਗਈ ਮਾਤਾ। ਫਿਰ ਇਸ ਤੋਂ ਪਹਿਲਾਂ ਮਾਤਾ ਕਮਰਾ ਕਿਰਾਏ 'ਤੇ ਲੈ ਕੇ ਪਿੰਡ 'ਚ ਰਹਿੰਦੀ ਸੀਗੀ, ਪੁੱਤ ਨੇ ਕਮਰਾ ਵੀ ਬੰਦ ਕਰਤਾ ਦੇਣਾ ਉਹਨੂੰ। ਅਤੇ ਫਿਰ ਹੋਰ ਆਪਾਂ ਕੀ ਉਮੀਦ ਕਰਦੇ ਹਾਂ ਆਪਣੀ ਅੱਜ ਦੇ ਹਾਲਾਤ ਤੋਂ, ਹੋਰ ਅਸੀਂ ਕੀ ਐਕਸਪੈਕਟ ਕਰਦੇ ਹਾਂ ਸਾਡੇ ਅੱਜ ਦੇ ਸਮਾਜ ਤੋਂ, ਵੀ ਸਾਡਾ ਸਮਾਜ ਵੀ ਇੰਨਾ ਜ਼ਿਆਦਾ ਬਦਲ ਗਿਆ ਵੀ ਪਿੰਡ ਦੇ ਵਿੱਚ ਇੱਕ ਬੰਦਾ ਵੀ ਉੱਠ ਕੇ ਖੜਾ ਨਹੀਂ ਹੋਇਆ ਵੀ ਕਾਕਾ ਤੂੰ ਮੈਂ ਦਿੰਦਾ ਕਮਰਾ, ਵੀ ਮਾਂ ਵਾ ਇਹ ਤੇਰੀ ਨਹੀਂ ਸਾਡੀ ਵੀ ਉਨੀ ਹੋਈ ਆ, ਜੇ ਤੂੰ ਨਹੀਂ ਮੰਨਦਾ ਅਸੀਂ ਤਾਂ ਮੰਨਦੇ ਹਾਂ ਵੀ ਇਹ ਇੱਥੇ ਸਾਡੇ ਕੋਲ ਰਹੂਗੀ। ਗੁਰਦੁਆਰੇ ਵਾਲਿਆਂ ਨੇ ਕਾਹ ਤੋਂ ਨਹੀਂ ਕਿਹਾ ਕਾਕਾ ਵੀ ਤੂੰ ਨਹੀਂ ਰੱਖਦਾ, ਅਸੀਂ ਰੱਖ ਲੈਂਦੇ ਹਾਂ ਗੁਰਦੁਆਰੇ ਕਮਰਾ ਦੇ ਦਿੰਦੇ ਹਾਂ ਫਿਰ ਇਹਨੂੰ,
ਹਰ ਰੋਜ਼ ਗੁਰੂ ਘਰ ਸੇਵਾ ਕਰਦੀ, ਮਾਤਾ ਮੂੰਹ ਜ਼ਬਾਨੀ ਪਾਠ ਕਰਦੀ, ਮਾਤਾ ਨੂੰ ਕੰਠਾ ਪਾਠ ਸੁਖਮਨੀ ਸਾਹਿਬ ਦਾ, ਜਾਬੀ ਸਾਹਿਬ ਦਾ, ਪੰਜ ਬਾਣੀਆਂ ਦਾ, ਬੈਠੀ ਸਾਰਾ ਰਾਤ ਰੋਈ ਜਾਂਦੀ ਹੈ, ਨਾਲੇ ਪਾਠ ਕਰਦੀ ਰਹਿੰਦੀ ਹੈ ਮਾਤਾ। ਗੁਰੂ ਘਰ ਵਾਲਿਆਂ ਨੇ ਵੀ ਨਹੀਂ ਕਿਹਾ, ਪੰਚਾਇਤ ਨੇ ਨਹੀਂ ਕਿਹਾ, ਹੋਰ ਪਿੰਡ ਦੇ ਜਿਹੜੇ ਮੋਹਤਬਾਰ ਹੋਣਗੇ, ਕਿਉਂਕਿ ਲੋਕ ਕਹਿੰਦੇ ਅਸੀਂ ਕਿਉਂ ਤਾਂ ਸੁਣੀ ਪਾਈ, ਅਸੀਂ ਕੀ ਲੈਣਾ, ਕੱਲ੍ਹ ਨੂੰ ਇਹਦੇ ਪੁੱਤ ਤਿੱਕਰ ਤਾਂ ਉਹਨਾਂ ਨੂੰ 20 ਕੰਮ ਹੋਣਗੇ, ਅਫਸਰ ਆ ਉਹ, ਅਤੇ ਮਾਤਾ ਤੋਂ ਕੰਮ ਕੀ ਲੈਣਾ ਉਹਨਾਂ ਨੇ ਵਿਚਾਰੇ ਤੋਂ, ਮਾਤਾ ਕਿਹਦੇ ਕੰਮ ਆ ਜਾਊਗੀ। ਇੱਦਾਂ ਤੋਲਦੇ ਹਾਂ ਅਸੀਂ ਆਪਦੇ ਆਪ ਨੂੰ। ਆ ਸਾਡਾ ਇੱਕ ਤਰੀਕਾ ਵਾ ਸਾਡੇ ਸਮਾਜ ਦੇ ਨਾਲ ਲੜਨ ਦਾ, ਵੀ ਅਸੀਂ ਤਕੜੇ ਵੱਲ ਖੜ੍ਹਦੇ ਹਾਂ, ਮਾੜੇ ਵੱਲ ਨਹੀਂ ਖੜ੍ਹਦੇ, ਅਸੀਂ ਉਹਦੇ ਵੱਲ ਦੇਖਦੇ ਵੀ ਨਹੀਂ ਜਿਹਨੂੰ ਵਾਕਈ ਲੋੜ ਆ, ਕਿਉਂਕਿ ਸਾਨੂੰ ਐਂ ਆ ਵੀ ਅਸੀਂ ਜੇ ਉਹਦੇ ਵੱਲ ਖੜ੍ਹ ਗਏ ਤਾਂ ਜਿਹੜੇ ਇੱਧਰ ਵਾਲੇ ਪਾਸੇ ਖੜ੍ਹੇ ਉਹਨਾਂ ਤੋਂ ਅਸੀਂ ਕੰਮ ਲੈਣੇ ਆ, ਬਸ ਅਸੀਂ ਆਪਦੇ ਕੰਮਾਂ ਦੇ ਵਿੱਚ ਹੀ ਮਰੀ ਜਾਂਦੇ, ਅਸੀਂ ਆਪਦੇ ਆਪ ਦੇ ਆਪ ਹਰ ਚੀਜ਼ ਦੇ ਵਿੱਚ ਪਹਿਲਾਂ ਅਸੀਂ ਆਪ ਨੂੰ ਪ੍ਰਮੋਟ ਕਰਦੇ ਹਾਂ, ਅਸੀਂ ਆਪਦੇ ਆਪ ਨੂੰ ਦੇ ਰਹੇ, ਸਾਡਾ ਫਾਇਦਾ ਕਿੱਥੇ ਆ, ਸਾਨੂੰ ਨੁਕਸਾਨ ਕਿੱਥੇ ਹੁੰਦਾ। ਇੱਦਾਂ ਹੀ ਹਜੇ ਇੱਕ ਵੀਡੀਓ ਪਾਉਣੀ ਆ, ਮਾਤਾ ਜੀ ਨੂੰ ਚੰਡੀਗੜ੍ਹ ਤੋਂ ਲੈ ਕੇ ਆਏ ਹਾਂ ਅਸੀਂ, ਮਾਤਾ ਜੀ ਕਾਂਤਾ ਮੱਟੂ, ਮਾਤਾ ਪਿਛਲੇ 20-25 ਸਾਲਾਂ ਤੋਂ ਯੂਨੀਵਰਸਿਟੀ ਚੰਡੀਗੜ੍ਹ ਦੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਾਂ ਬਾਹਰ ਜ਼ਿੰਦਗੀ ਕੱਟ ਰਹੇ ਸੀ। ਪਹਿਲਾਂ ਮਾਤਾ ਜੀ ਦੇ ਪੂਰਾ ਪਰਿਵਾਰ ਯੂਨੀਵਰਸਿਟੀ 'ਚ ਕੰਮ ਕਰਦਾ, ਕੋਈ ਸਿਕਿਉਰਿਟੀ 'ਚ ਆ, ਕੋਈ ਸਾਫ਼ ਸਫਾਈ ਦੇ ਵਿੱਚ ਆ, ਕੋਈ ਹਰੇਕ ਉੱਥੇ ਕੋਈ ਕਲਰਕ ਲੱਗਿਆ ਹੋਇਆ, ਮਾਤਾ ਜੀ ਦੇ ਭਰਾ ਵੀ, ਮਾਤਾ ਜੀ ਦੀਆਂ ਭੈਣਾਂ ਵੀ, ਅਤੇ ਮਾਤਾ ਜੀ ਦੇ ਹਸਬੈਂਡ ਅਤੇ ਬੇਟੇ ਵੀ। ਮਾਤਾ ਜੀ ਦੇ ਪਹਿਲਾਂ ਹਸਬੈਂਡ ਕੰਮ ਕਰਦੇ ਸੀ, ਉਹਨਾਂ ਦੀ ਡੈੱਥ ਹੋ ਗਈ, ਫਿਰ ਉਹਨਾਂ ਦੇ ਬੇਟੇ ਨੂੰ ਨੌਕਰੀ ਮਿਲ ਗਈ। ਬੇਟਾ ਜਿਹੜਾ ਉਹਨਾਂ ਦਾ ਸੀਗਾ ਮਾਤਾ ਜੀ ਦਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਇੰਸ ਡਿਪਾਰਟਮੈਂਟ ਦੇ ਵਿੱਚ, ਦੂਸਰੀ ਸਟੋਰੀ ਆ ਤੁਹਾਨੂੰ ਇੱਕ ਹੋਰ, ਯਾਨੀ ਕਿ ਸਟੋਰੀ ਨਹੀਂ, ਧਾਤਲੀ ਸੱਚਾਈ ਦੇ ਜ਼ਿੰਦਗੀ ਦੇ ਅੱਜ ਜਿਹੜੀ ਤੁਹਾਨੂੰ ਦੱਸਣ ਲੱਗਿਆ। ਅਤੇ ਉਹ ਸਾਇੰਸ ਡਿਪਾਰਟਮੈਂਟ ਦੇ ਵਿੱਚ ਐਜ਼ ਏ ਕਲਰਕ ਜੋਬ ਕਰਦਾ ਸੀ ਇਹਨਾਂ ਦਾ ਬੇਟਾ। ਕੋਈ ਇਸ ਘਰ ਦੀ ਸਟ੍ਰੈੱਸ, ਕੋਈ ਟੈਨਸ਼ਨ ਦੇ ਕਰਕੇ ਤੀਜੀ ਮੰਜ਼ਿਲ ਤੋਂ, ਸਾਇੰਸ ਡਿਪਾਰਟਮੈਂਟ ਤੋਂ ਉਹਨੇ ਛਾਲ ਮਾਰ ਕੇ ਸੁਸਾਈਡ ਕਰ ਲਿਆ। ਮਾਤਾ ਨੇ ਜਦੋਂ ਆਪਦੇ ਮਰੇ ਹੋਏ ਪੁੱਤ ਨੂੰ ਜਾ ਕੇ ਦੇਖਿਆ ਉੱਥੇ ਉੱਪਰੋਂ ਡਿੱਗੇ ਹੋਏ ਨੂੰ, ਮਾਤਾ ਮੈਂਟਲੀ ਅਪਸੈੱਟ ਹੋ ਗਈ। ਮਾਤਾ ਇੰਨੀ ਜ਼ਿਆਦਾ ਡਿਸਟਰਬ ਹੋ ਗਈ, ਉਹਦਾ ਸੰਸਕਾਰ ਕਰਨ ਤੋਂ ਬਾਅਦ ਮਾਤਾ ਯੂਨੀਵਰਸਿਟੀ ਜਾ ਕੇ ਬੈਠ ਗਈ ਵੀ ਮੈਨੂੰ ਨੌਕਰੀ ਦਿਓ। ਹੁਣ ਨਾ ਉਮਰ ਦੇਖੀ ਨਾ ਉਹ ਦੇਖਿਆ, ਮਾਤਾ ਨੂੰ ਐਂ ਸੀ ਮੇਰੇ ਪਤੀ ਦੇ ਮਰਨ ਤੋਂ ਬਾਅਦ ਨੌਕਰੀ ਇਹਨੂੰ ਮਿਲੀ ਹੈ ਅਤੇ ਹੁਣ ਇਹਦੇ ਮਰਨ ਤੋਂ ਬਾਅਦ ਮੈਨੂੰ ਮਿਲੂਗੀ, ਨੌਕਰੀ ਕਿਹਨੇ ਦੇਣੀ ਸੀ ਉੱਥੇ। ਬਸ ਉੱਥੇ ਕੁਛ ਪ੍ਰੋਫੈਸਰ ਸੀ, ਉਹ ਉਹਨਾਂ ਨੇ ਕਹਿਤਾ ਮਾਤਾ ਨੂੰ 500-400 ਰੁਪਈਆ ਦੇ ਤਾ ਵੀ ਕੋਈ ਨਾ ਮਾਤਾ ਤੇਰੀ ਨੌਕਰੀ ਲੱਗ ਗਈ ਆ। ਅਤੇ ਮਾਤਾ ਉੱਥੇ ਰੋਜ਼ ਚਲੇ ਜਾਂਦੀ ਸੀਗੀ ਅਤੇ ਪਾਣੀ ਪੁਣੀ ਪਿਲਾ ਨਹੀਂ ਧੱਕੇ ਨਾਲ ਸਟੂਡੈਂਟਾਂ ਨੂੰ ਜਾ ਕੇ ਇਗਜ਼ਾਮ ਚੱਲਦਿਆਂ ਤੋਂ ਜਾਂ ਕਿਵੇਂ, ਅਤੇ ਮਾਤਾ ਨੂੰ ਉਹ ਮਹੀਨੇ ਬਾਅਦ 500-400 ਹਜ਼ਾਰ ਦੇ ਦਿੰਦੇ ਸੀਗੇ। ਇੱਦਾਂ ਹੀ ਕਰਦੇ ਕਰਦੇ ਮਾਤਾ ਨੂੰ 14-15 ਸਾਲ ਨਿਕਲ ਗਏ ਜੀ। ਉਸ ਤੋਂ ਬਾਅਦ ਜਿਹੜੇ ਉਹ ਡਿਪਾਰਟਮੈਂਟ ਦੇ ਵਿੱਚ ਜਿਹੜੇ ਪ੍ਰੋਫੈਸਰ ਉਹਨੂੰ ਮਾਤਾ ਨੂੰ ਇੱਦਾਂ ਪੈਸੇ ਦਿੰਦੇ ਸੀ 500-400 ਰੁਪਇਆ, ਉਹ ਪ੍ਰੋਫੈਸਰ ਸਾਹਿਬ ਜਿਹੜੇ ਹੈੱਡ ਆਫ ਡਿਪਾਰਟਮੈਂਟ ਸੀਗੇ ਕੁਛ ਸਾਲ ਉਹ ਦਿੰਦੇ ਰਹੇ ਪੈਸੇ, ਅਤੇ ਉਹਨਾਂ ਦੀ ਬਦਲੀ ਹੋ ਗਈ ਤਾਂ ਉਹਨਾਂ ਦੀ ਥਾਂ 'ਤੇ ਜਿਹੜੇ ਹੋਰ ਆਏ ਕੋਈ, ਉਹਨਾਂ ਨੇ ਮਾਤਾ ਨੂੰ ਪੈਸੇ ਦਿੱਤੇ ਨਹੀਂ, ਮਾਤਾ ਨੂੰ ਮਿਸਬਿਹੇਵ ਕਰਨ ਲੱਗ ਗਏ। ਤਾਂ ਮਾਤਾ ਨੇ ਅਗਰੈਸਿਵ ਸੀ, ਮੈਂਟਲੀ ਵੀ ਠੀਕ ਨਹੀਂ ਸੀ ਮਾਤਾ ਪ੍ਰੋਪਰ, ਅਤੇ ਮਾਤਾ ਨੇ ਉਹਨਾਂ ਨੂੰ ਗਾਲਾਂ ਗੂਲਾਂ ਕੱਢਤੀਆਂ। ਉਸ ਟਾਈਮ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ 0 ਹੋ ਗਈ ਸੀ, ਬਲਾਇੰਡ ਹੋ ਗਏ ਸੀ ਮਾਤਾ। ਸੋਟੀ ਦੇ ਨਾਲ ਤੁਰ ਕੇ ਉੱਥੇ ਤੱਕਰ ਜਾਂਦੇ ਸੀ, ਉੱਥੇ ਬੈਠ ਜਾਂਦੇ ਸੀ, ਬਸ ਉਹ ਆਪਦਾ ਹੱਕ ਜਮਾਉਂਦੇ ਸੀਗੇ ਵੀ ਮੇਰਾ ਯੂਨੀਵਰਸਿਟੀ 'ਚ ਮੇਰੀ ਜੋਬ ਆ। ਅੱਜ ਵੀ ਉਹੀ ਗੱਲ ਕਹਿ ਰਹੇ ਨੇ। ਅਤੇ ਉਹਨਾਂ ਨੇ ਗਾਲਾਂ ਗੂਲਾਂ ਕੱਢਤੀਆਂ ਮਾਤਾ ਨੇ ਉਹਨੂੰ। ਉਹ ਹੈੱਡ ਆਫ ਡਿਪਾਰਟਮੈਂਟ ਸੀ ਵੀ ਉਸ ਟਾਈਮ, ਬੀ ਸੀ, ਉਹਨਾਂ ਦੇ ਰਿਸ਼ਤੇਦਾਰ ਲੱਗੇ ਹੋਏ ਸੀਗੇ, ਉਹਨਾਂ ਨੇ
ਬੀਸੀ ਸਾਹਿਬ ਨੇ ਫਰਮਾਨ ਜਾਰੀ ਕਰਤਾ ਵੀ ਅੱਜ ਤੋਂ ਬਾਅਦ ਇਹ ਮਾਤਾ ਨੂੰ ਯੂਨੀਵਰਸਿਟੀ ਦੇ ਅੰਦਰ ਐਂਟਰੀ ਬੈਨ ਕਰ ਦਿਓ ਇਹਦੀ। ਉਹ ਚੱਕ ਕੇ ਮਾਤਾ ਨੂੰ ਬਾਹਰ ਸੁੱਟ ਗਏ। ਅੱਜ ਉਸ ਦਿਨ ਤੋਂ ਲੈ ਕੇ ਅੱਜ ਤੀਕਰ ਮਾਤਾ ਪਿਛਲੇ 5-6 ਸਾਲਾਂ ਤੋਂ ਯੂਨੀਵਰਸਿਟੀ 'ਚ ਅੰਦਰ ਨਹੀਂ ਐਂਟਰ ਹੋਣ ਦਿੱਤੀ। ਗੇਟ ਦੇ ਅੰਦਰ ਜਿਹੜਾ ਚੈੱਕ ਪੋਸਟ ਲੱਗਿਆ PGII ਸਾਈਡ, ਉੱਥੇ ਮਾਤਾ ਬੈਠਦੇ ਆ 4 ਵਜੇ ਤੀਕਰ। ਉਸ ਤੋਂ ਬਾਅਦ ਬੈਠ ਕੇ ਮਾਤਾ 15 ਸੈਕਟਰ ਦੀ ਮਾਰਕੀਟ ਦੇ ਵਿੱਚ ਜਾ ਕੇ ਬਰਾਂਡੇ ਦੇ ਵਿੱਚ ਸੌ ਜਾਂਦੇ ਆ। ਹਰ ਰੋਜ਼ ਯੂਨੀਵਰਸਿਟੀ ਜਾ ਕੇ ਇਹੀ ਕਹਿੰਦੇ, ਮੈਨੂੰ ਹੁਣ ਪੱਕਾ ਕਮਰਾ ਦੇ ਦਿਉ, ਮੈਂ ਪੱਕੀ ਮੁਲਾਜ਼ਮ ਆ, ਮੈਂ ਰਿਟਾਇਰ ਹੋਣਾ, ਮੈਨੂੰ ਕਮਰਾ ਦੇ ਦਿਉ ਇੱਥੇ। ਕਿਉਂਕਿ ਉਹਦੇ ਭੈਣਾਂ ਦੇ ਕੋਲ ਵੀ ਅੰਦਰ ਕਮਰੇ ਆ, ਉਹਦੇ ਭਰਾਵਾਂ ਦੇ ਕੋਲ ਵੀ ਅੰਦਰ ਕਮਰੇ ਆ, ਉਹਨਾਂ ਦੀ ਬੇਟੀ ਕੋਲ ਵੀ, ਪਰ ਮਾਤਾ ਨੂੰ ਘਰ ਕੋਈ ਨਹੀਂ ਵੜਦਾ, ਮਾਤਾ ਨੂੰ ਰੋਟੀ ਨਹੀਂ ਦਿੰਦਾ ਕੋਈ, ਮਾਤਾ ਸੜਕ 'ਤੇ ਸੌਂਦੇ ਆ। ਧੀਆਂ ਭਰਾ ਭੈਣਾਂ ਪੁੱਤ ਸੀ ਉਹ ਤਾਂ ਜਿਹੜਾ ਮਰ ਗਿਆ ਵਿਚਾਰਾ, ਸੁਸਾਈਡ ਕਰ ਗਿਆ ਉਹ, ਮਾਂ ਨੂੰ ਵਿਚਾਰੀ ਨੂੰ ਹਰ ਰੋਜ਼ ਮਰਨ ਲਈ ਛੱਡ ਗਿਆ। ਅੱਖਾਂ ਤੋਂ ਅੰਨੀ ਮਾਂ ਸੋਟੀ ਨਾਲ ਤੁਰਦੀ ਆ, ਕਿੱਦਾਂ ਜ਼ਿੰਦਗੀ ਕੱਟ ਰਹੀ ਹੈ ਮਾਤਾ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸ਼ੂਗਰ ਹੋਈ ਹੈ ਮਾਤਾ ਦੇ ਪੇਟ ਦੇ ਉੱਪਰ, ਬ੍ਰੈਸਟ ਦੇ ਰਾਈਟ ਸਾਈਡ ਬ੍ਰੈਸਟ ਦੇ ਥੱਲੜੇ ਪਾਸੇ ਜ਼ਖਮ ਹੋਇਆ ਬਹੁਤ ਵੱਡਾ ਮਾਤਾ ਜੀ ਦੇ। ਅਤੇ ਉੱਥੋਂ ਦੇ ਸਟੂਡੈਂਟਾਂ ਭੈਣਾਂ ਨੇ ਸੋਸ਼ਲ ਵਰਕਰ ਡਿਪਾਰਟਮੈਂਟ ਦੇ ਵਿੱਚ ਜਿਹੜੇ ਬੱਚੇ ਸਟੂਡੈਂਟ ਆ ਭੈਣ ਹੋਣੀ, ਉਹਨਾਂ ਨੇ ਮਾਤਾ ਦੀ ਹੈਲਪ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਨਾਲ ਦੀ ਨਾਲ ਹੀ ਪ੍ਰੈਕਟੀਕਲ ਸ਼ੁਰੂ ਕਰਤਾ ਸੋਸ਼ਲ ਵਰਕਰ ਦਾ, ਅਤੇ ਮਾਤਾ ਜੀ ਨੂੰ ਉਹ ਦਵਾਈ ਵੀ ਦਵਾਉਂਦੇ ਰਹੇ, ਰੋਟੀ ਪਾਣੀ ਵੀ ਦਿੰਦੇ, ਕੱਪੜੇ ਵੀ ਦੇ ਦਿੰਦੇ ਸੀ ਗਰਮ। ਉਹਨਾਂ ਨੇ ਸਾਨੂੰ ਦੱਸਿਆ ਵੀ ਇੱਦਾਂ ਕਰਕੇ ਆਹ ਗੱਲ ਆ ਵੀ ਮਾਤਾ ਜੀ ਨੂੰ ਅਸੀਂ ਹੈਲਪ ਕਰਦੇ ਹਾਂ, ਮਾਤਾ ਜੀ ਦੇ ਜ਼ਖਮ ਵੀ ਆ, ਬਲਾਈਂਡ ਵੀ ਆ, ਸੜਕ 'ਤੇ ਸੌਂਦੇ ਆ, ਅੰਦਰ ਇਹਨਾਂ ਨੂੰ ਯੂਨੀਵਰਸਿਟੀ 'ਚ ਵੜਨ ਦਾ ਹੁਕਮ ਨਹੀਂ, ਵੀ ਇਹਨਾਂ ਦੀ ਹੈਲਪ ਕਰੋ। ਉਹਨਾਂ ਨੇ ਵੀਡੀਓ ਭੇਜੀ, ਅਸੀਂ ਮਾਤਾ ਜੀ ਨੂੰ ਪਰਸੋਂ ਜਾ ਕੇ ਲੈ ਕੇ ਆਏ ਹਾਂ ਜੀ। ਉੱਥੋਂ ਯੂਨੀਵਰਸਿਟੀ ਦੇ ਬਾਹਰੋਂ ਗੇਟ ਦੇ ਅੰਦਰਲੇ ਪਾਸੇ ਬੈਠੇ ਸੀ ਮਾਤਾ ਜੀ, ਯੂਨੀਵਰਸਿਟੀ PGII ਵਾਲੀ ਸਾਈਡ ਜਿਹੜਾ ਗੇਟ ਆ ਉਹਦੇ ਅੰਦਰਲੇ ਪਾਸੇ। ਅਤੇ ਮਾਤਾ ਜੀ ਦੇ ਏਡੇ ਏਡੇ ਲੰਬੇ ਨਹੁੰ ਵਧੇ ਹੋਏ, ਨਹਾਤੇ ਨਹੀਂ ਸੀ ਮਾਤਾ ਪਤਾ ਨਹੀਂ ਕਿੰਨੇ ਸਮੇਂ ਤੋਂ, ਸਿਰ ਦੇ ਵਿੱਚ ਜਟਾਵਾਂ ਬਣੀਆਂ ਹੋਈਆਂ ਮਾਤਾ ਜੀ ਦੇ, ਟੋਇਲਟ ਨਾਲ ਜਰਾਬਾਂ, ਪੈਰ ਬੂਟ ਲਿਬੜੇ ਹੋਏ, ਇੱਦਾਂ ਹੀ 2 ਸਲਵਾਰਾਂ ਪਾਈਆਂ ਹੋਈਆਂ, ਗੰਦੇ ਕੱਪੜੇ, ਲਿਫਾਫੇ 'ਚ ਕੁਛ ਖਾਣ ਵਾਲੀਆਂ ਚੀਜ਼ਾਂ ਭਰੀਆਂ ਹੋਈਆਂ ਉਹਦੇ ਵਿੱਚ, ਝੋਲੇ ਦੇ ਵਿੱਚ। ਚਲੋ ਉੱਥੇ ਅਸੀਂ ਡਿਪਾਰਟਮੈਂਟ ਜਿਹੜੇ ਉਹ ਭੈਣ ਹੋਣੀ ਵੀ ਸੱਦੇ, ਜਿਨ੍ਹਾਂ ਨੇ ਸਾਨੂੰ ਸੱਦਿਆ ਸੀ, ਹੋਰ ਵੀ ਆਲੇ ਦੁਆਲੇ ਲੋਕਾਂ ਤੋਂ, ਸਾਰਿਆਂ ਤੋਂ ਵਿਊ ਲਏ, ਪਰ ਕਿਸੇ ਨੇ ਮਾਤਾ ਦੀ ਹਾਮੀ ਨਹੀਂ ਭਰੀ। ਮਾਤਾ ਦੇ ਰਿਸ਼ਤੇਦਾਰ ਜਾਂ ਹੋਰ ਉੱਥੇ ਤੀਕਰ ਵੀ ਸੰਪਰਕ ਕੀਤਾ, ਕਿਸੇ ਨੇ ਵੀ ਮਾਤਾ ਨੂੰ ਆਪਣਾ ਰਿਸ਼ਤੇਦਾਰ ਮੰਨਣ ਤੋਂ ਵੀ ਇਨਕਾਰ ਕਰਤਾ ਉੱਥੇ ਵੀ। ਅਤੇ ਮਾਤਾ ਸਾਡੇ ਨਾਲ ਆਉਣ ਨੂੰ ਤਿਆਰ ਨਹੀਂ ਸੀ, ਬਹੁਤ ਕੋਸ਼ਿਸ਼ ਕੀਤੀ ਪਰ ਮਾਤਾ ਮੰਨੇ ਨਹੀਂ ਗਏ। ਅਖੀਰ ਨੂੰ ਮਾਤਾ ਨੂੰ ਅਸੀਂ ਵੜਿਆ ਕੇ, ਝੂਠ ਮਾਰ ਕੇ ਗੱਡੀ 'ਚ ਬਿਠਾਇਆ ਵੀ ਮਾਤਾ ਜੀ ਤੁਸੀਂ ਸਾਡੇ ਨਾਲ ਚੱਲੋ, ਅਸੀਂ ਤੁਹਾਡਾ ਅੱਖਾਂ ਦਾ ਚੈੱਕਅਪ ਕਰਾਉਣਾ। ਅਤੇ ਉੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਲੁਧਿਆਣੇ ਤੱਕ ਮਾਤਾ ਜੀ ਨੇ ਇੰਨਾ ਜ਼ਿਆਦਾ ਰਸਤੇ ਤੰਗ ਕੀਤਾ, ਸਾਨੂੰ ਗਾਲਾਂ ਕੱਢੀਆਂ, ਸ਼ੀਸ਼ਿਆਂ 'ਚ ਮਾਰ, ਜਾਣੀ ਕਿ ਬਹੁਤ ਗੁੱਸੇ ਹੋਏ ਮਾਤਾ ਜੀ ਵੀ ਮੈਂ ਨਹੀਂ ਜਾਣਾ, ਮੈਨੂੰ ਇੱਥੇ ਹੀ ਛੱਡ ਦਿਉ ਮੈਂ, ਕਿਉਂਕਿ ਮਾਤਾ ਆਦੀ ਹੋ ਚੁੱਕੀ ਸੀ ਵਿਚਾਰੀ, ਉੱਥੇ ਉਹਨੂੰ ਖਾਣਾ ਪਾਣੀ ਕੋਈ ਰੋਟੀ ਦੇਣ ਦਾ ਸੀ ਕੁਛ। ਅਤੇ ਮਾਤਾ ਨੂੰ ਐਂ ਲੱਗਦਾ ਸੀਗਾ ਵੀ ਮੈਂ ਇੱਥੇ ਯੂਨੀਵਰਸਿਟੀ 'ਚ ਜੋਬ ਕਰਦੀ ਹਾਂ। ਅੱਖਾਂ ਤੋਂ ਬਲਾਈਂਡ ਮਾਂ ਪਿਛਲੇ 8 ਸਾਲਾਂ ਤੋਂ ਉੱਥੇ ਘੁੰਮ ਰਹੀ, 8-9 ਸਾਲਾਂ ਤੋਂ, ਅਤੇ ਯੂਨੀਵਰਸਿਟੀ ਦਾ ਜਿਹੜਾ VC ਸੀਗਾ ਉਹਨੇ ਮਾਤਾ ਨੂੰ ਧੱਕੇ ਮਾਰ ਕੇ ਉੱਥੋਂ ਬਾਹਰ ਕਢਾਤਾ, ਹੁਕਮ ਜਾਰੀ ਕਰਤਾ ਵੀ ਇਹਨੂੰ ਅੰਦਰ ਨਹੀਂ ਵੜਨ ਦੇਣਾ, ਜਿੱਥੇ ਮਾਤਾ ਜੀ ਦਾ ਪੂਰਾ ਪਰਿਵਾਰ ਜੋਬ ਕਰਦਾ ਸੀ। ਪਹਿਲਾਂ ਕਿਸੇ ਟਾਈਮ ਮਾਤਾ ਜੀ ਦੇ ਘਰ ਵਾਲੇ ਨੇ ਵੀ, ਮਾਤਾ ਜੀ ਦੇ ਬੇਟੇ ਨੇ ਵੀ ਉੱਥੇ ਜੋਬ ਕੀਤੀ, ਬੇਟੀ, ਮਾਤਾ ਜੀ ਦੇ ਭਰਾ, ਮਾਤਾ ਜੀ ਦੀਆਂ ਭੈਣਾਂ ਉੱਥੇ ਹੀ ਜੋਬ ਕਰਦੇ, ਕਿਸੇ ਨੇ ਸਾਥ ਨਹੀਂ ਦਿੱਤਾ। ਅਤੇ ਉਹ ਮਾਂ ਕਿਵੇਂ ਤੁਸੀਂ ਸੋਚ ਸਕਦੇ ਹੋ, ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਅੱਖਾਂ ਤੋਂ ਅੰਨੀ ਮਾਂ ਕਿਵੇਂ ਟਾਈਮ ਕੱਢਦੀ ਸੀ। ਅਤੇ ਮਾਤਾ ਜਾ ਕੇ 15 ਸੈਕਟਰ ਦੀ ਮਾਰਕੀਟ ਦੇ ਵਿੱਚ ਜਿੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਵਾਂ, ਜੂਲਰ ਸ਼ੋਪਾਂ ਵਾਂ, ਉਹਦੇ ਮੂਹਰੇ ਜਾ ਕੇ ਸੌ ਜਾਂਦੀ ਸੀ ਮਾਤਾ। ਅਤੇ ਹੁਣ 3 ਦਿਨਾਂ ਤੋਂ ਮਾਤਾ ਜੀ ਸਾਡੇ ਕੋਲ, ਅੱਖਾਂ ਦਾ ਅਸੀਂ ਚੈੱਕਅਪ ਕਰਾਇਆ, ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ, ਅੱਖਾਂ ਦਾ ਆਪਰੇਸ਼ਨ ਹੋ ਜੂਗਾ, ਮਾਤਾ ਦੀ ਰੋਸ਼ਨੀ ਵਾਪਸ ਆ ਜਾਣੀ ਅੱਖਾਂ ਦੀ। ਹਜੇ ਵੀਕਨੈਸ ਬਹੁਤ ਜ਼ਿਆਦਾ ਵਾ, ਖੂਨ ਦੀ ਕਮੀ ਸੀ ਮਾਤਾ ਦੇ ਵਿੱਚ, ਇਨਫੈਕਸ਼ਨ ਕਾਫੀ ਸੀਗੀ। ਅਤੇ ਮਾਤਾ ਜੀ ਦੇ ਸਿਰ 'ਚ ਇੰਨੀਆਂ ਇੰਨੀਆਂ ਜਟਾਵਾਂ ਸੀ, ਜਦੋਂ ਸਾਫ਼ ਕੀਤੇ ਕੇਸ, ਅਤੇ ਮਾਤਾ ਜੀ ਦੇ ਇੰਨੇ ਇੰਨੇ ਗੁੱਛੇ ਕੇਸਾਂ ਦੇ, ਕੰਘੇ ਟੁੱਟ ਗਏ, 3 ਕੰਘੇ ਸਾਨੂੰ ਸਫਾਈ ਕਰਦੇ ਹੋ, ਮਾਤਾ ਦੇ ਕੇਸਾਂ ਦੇ ਕੰਘੇ ਟੁੱਟ ਗਏ, ਮਾਤਾ ਇੰਨੇ ਮਾੜੇ ਹਾਲਾਤਾਂ 'ਚ ਸੀ।
ਵੀਡੀਓ ਇਸ ਕਰਕੇ ਨਹੀਂ ਪਾਏ ਉਸ ਦਿਨ, ਮਾਤਾ ਜੀ ਅਗਰੈਸਿਵ ਬਹੁਤ ਸੀ, ਗੁੱਸੇ 'ਚ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਗਲਤ ਬੋਲਦੇ ਸੀ, ਗਾਲਾਂ ਕੱਢਦੇ ਸੀ, ਅਸੀਂ ਨਹੀਂ ਸੀ ਚਾਹੁੰਦੇ ਵੀ ਸੰਗਤ ਉਹਨਾਂ ਚੀਜ਼ਾਂ ਤੋਂ ਮਾਤਾ ਨੂੰ ਦੇਖਣ। ਹੁਣ ਮਾਤਾ ਜੀ ਸ਼ਾਂਤ ਨੇ, ਹੋਸਪਿਟਲ 'ਚ ਨੇ, ਵਾਹਿਗੁਰੂ ਕਿਰਪਾ ਕਰਨ, ਅਸੀਂ ਤੁਹਾਡੇ ਸਾਹਮਣੇ ਵੀ ਲੈ ਕੇ ਆਵਾਂਗੇ ਉਸ ਮਾਂ ਨੂੰ ਛੇਤੀ। ਅਤੇ ਯਾਨੀ ਕਿ ਸੋਚਣ ਦੀ ਗੱਲ ਆ, ਸਮਝਣ ਦੀ ਗੱਲ ਆ ਵੀ ਸਾਡਾ ਸਮਾਜ ਦੇ ਵਿੱਚ ਐਡਾ ਪੜ੍ਹਿਆ ਲਿਖਿਆ ਵਰਗ ਜਿੱਥੇ ਰਹਿੰਦਾ ਹੋਵੇ, ਜਿੱਥੇ ਕਰੀਮ ਰਹਿੰਦੀ ਹੋਵੇ ਪੰਜਾਬ ਦੀ, ਜਿੱਥੇ ਉੱਥੇ ਵੀ ਗਈ ਨੂੰ ਮਾਤਾ ਨੂੰ ਆਹ ਹਾਲਾਤ 'ਚ ਰਹਿਣਾ ਪਿਆ। ਇੰਨੇ ਪੜ੍ਹੇ ਲਿਖੇ ਲੋਕ ਉੱਥੇ ਰਹਿੰਦੇ ਸੀ ਜਿਹੜੇ, ਉਹਨਾਂ ਨੇ ਵੀ ਮਾਤਾ ਦੀ ਮਦਦ ਨਹੀਂ ਕੀਤੀ, ਅਤੇ ਫਿਰ ਅਸੀਂ ਹੋਰ ਕਿੱਥੋਂ ਉਮੀਦ ਕਰ ਸਕਦੇ ਹਾਂ। ਜਿੱਥੋਂ ਆਪਾਂ ਕਹਿੰਦੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬੰਦਾ ਬੱਚਾ ਪੜ੍ਹਿਆ ਹੋਵੇ, ਚਾਹੇ ਫੇਲ ਹੀ ਹੋਵੇ, 2-4 ਸਾਲ ਲਾ ਲਿਓ, ਕਹਿੰਦੇ ਵੀ ਲਾਈਫ 'ਚ ਕਿਤੇ ਮਾਰ ਨਹੀਂ ਖਾਂਦਾ ਬੰਦਾ, ਇੰਨੀ ਜ਼ਿਆਦਾ ਉੱਥੇ ਕਹਿੰਦੇ ਨੌਲੇਜ ਆ। ਅਤੇ ਪਰ ਉੱਥੇ ਵੀ ਮਾਂ ਵਿਚਾਰੀ ਇਸ ਹਾਲਾਤ 'ਚ ਰਹੀ ਹੋਵੇ, ਤੇਰੀ ਸੇਵਾ ਕਰਾਂਗੇ ਅਸੀਂ, ਨਹੀਂ ਸੇਵਾ ਕਰਾਣੀ ਬੇਬੇ, ਤੈਨੂੰ ਤੇਰਾ ਇਲਾਜ ਹੋਜੂ, ਅੱਖਾਂ ਦੀ ਲੋੜ ਨਹੀਂ ਬੇਬੇ, ਤੈਨੂੰ ਸਾਡੀ ਲੋੜ ਨਹੀਂ ਪੁੱਤਾਂ ਦੀ, ਮੈਨੂੰ ਅੱਖਾਂ ਦੀ ਲੋੜ ਤੈਨੂੰ ਬੇਬੇ ਸਾਡੀ ਲੋੜ ਨਹੀਂ ਪੁੱਤਰਾਂ ਦੀ, ਨਹੀਂ ਪੁੱਤਰਾਂ ਦੀ ਮੌਤ ਨਾ ਨਹੀਂ ਜਾਣੀ, ਕਰ ਲੈਣੇ ਬਲ ਕਰ ਲੈਣੇ। ਯਾਨੀ ਕਿ ਐਦਾਂ ਮਾਂ ਰੋਂਦੀ ਸੀ ਉਹ, ਬੇਬੇ ਨੇ ਇੰਨੀਆਂ ਗਾਲਾਂ ਕੱਢਦੇ ਸੀ, ਅਸੀਂ ਤੁਹਾਨੂੰ ਯਾਨੀ ਕਿ ਸਾਰੀ ਮੈਡਮ ਨਾ ਮੈਨੇ ਕਹਿਣਾ ਠੀਕ ਹੈ ਬੇਬੇ, ਮੈਂ ਨਹੀਂ ਜਾਣਾ ਬੇਬੇ। ਦੇਖ ਤੇਰਾ ਜਿਹੜਾ ਮੁੰਡਾ ਸੀਗਾ ਨਾ, ਉਹ ਸਾਡੇ ਨਾਲ ਪੜ੍ਹਦਾ ਸੀ, ਉਹ ਸਾਨੂੰ ਕਹਿੰਦਾ ਮੇਰੀ ਬੇਬੇ ਨੂੰ ਛੱਡ ਕੇ ਨਾ ਫਿਰੇ ਆਪਦੇ ਘਰੇ, ਮੈਂ ਛੱਡ ਕੇ ਤਾਂ ਹੀ ਫਿਰਨਾ ਆ, ਮੈਂ ਨੌਕਰੀ ਕਰਦੀ ਆ, ਅਸਰ ਤੇਰੇ 'ਚ ਗੱਡੀ ਵੱਜੀ, ਤੈਨੂੰ ਪਤਾ ਨਾ ਮੇਰੇ 'ਚ ਕੋਈ ਗੱਡੀ ਨਹੀਂ ਬਾਹਰ ਨਹੀਂ ਵੱਜੀ, ਮੈਂ ਇੰਨੀ ਔਖੀ ਤੁਰਦੀ ਰਹੀ ਆ, ਕੋਈ ਗੱਲ ਨਹੀਂ ਹਾਉ ਫਿਰ ਜੇ ਤੇਰੇ ਉੱਤੋਂ ਦੀ ਲੰਘ ਜਾਂਦੀ ਗੱਡੀ ਫਿਰ ਆ ਬੋਲੇਗਾ ਮੇਰੀ ਰੱਖਿਆ ਕਰੋ। ਮਾਤਾ ਵਿਚਾਰੀ, ਮਾਤਾ ਨੂੰ ਵਿਚਾਰੀ ਨੂੰ ਅਸੀਂ ਇਹੀ ਕਹੀਏ ਰਾਸਤੇ ਦੇ ਵਿੱਚ ਵੀ ਮਾਤਾ ਤੈਨੂੰ ਲਾ ਦਿੰਦੇ ਹਾਂ 15 ਸੈਕਟਰ ਦੀ ਮਾਰਕੀਟ 'ਚ ਲਾ ਦਿੰਦੇ ਹਾਂ, ਮਾਂ ਲਾ ਦਿੰਦੇ ਹਾਂ, ਏਦਾਂ ਕਹਿ ਕੇ ਮਾਤਾ ਨੂੰ ਅਸੀਂ ਇੱਥੇ ਤੱਕ ਲੈ ਕੇ ਆਏ। ਮਾਤਾ ਦੇ ਸਿਰ ਦੇ ਵਿੱਚ ਜਟਾਵਾਂ ਦੀਆਂ ਵੀਡੀਓ ਆ, ਅਸੀਂ ਸ਼ੇਅਰ ਵੀ ਕਰਾਂਗੇ, ਸ਼ਾਇਦ ਹੁਣ ਤੁਹਾਨੂੰ ਦੇਖਣਾ ਪਊ। ਮੇਰਾ ਮੁੰਡਾ ਸੀ ਨਾ, ਉਹ ਪਤਾ ਨਹੀਂ ਕਿੱਥੋਂ ਕਰਾ ਕਰਾ ਕੇ ਲਿਆਂਦਾ ਪਾਵਰ ਬੈਂਕ ਜੀ, ਤੇ ਉਹੀ ਮਾਂ ਹੁਣ ਇਸ਼ਨਾਨ ਕਰਕੇ ਵਧੀਆ ਤਰੀਕੇ ਨਾਲ ਰਹਿ ਰਹੀ ਹੈ, ਉਹੀ ਮਾਂ ਵਾਹਿਗੁਰੂ ਦਾ ਨਾਂ ਲੈਣ ਲੱਗ ਗਈ, ਉਹੀ ਮਾਂ ਹੁਣ ਸਾਨੂੰ ਗਾਲਾਂ ਵੀ ਕੱਢਣੋਂ ਹਟ ਗਏ, 2 ਦਿਨਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਫਰਕ ਪੈ ਗਿਆ। ਬਸ ਯਾਨੀ ਕਿ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਦੇ ਨਾਲ ਹੀ ਆਪਾਂ ਕਿਸੇ ਦੀ ਜ਼ਿੰਦਗੀ ਦੇ ਉੱਤੇ ਐਡਾ ਵੱਡਾ ਅਸਰ ਪਾ ਸਕਦੇ ਹਾਂ, ਤੁਹਾਨੂੰ ਅਸੀਂ ਦੱਸਣਾ। ਬਸ ਅਸੀਂ ਤੁਹਾਡੇ ਨਾਲ ਲਾਈਵ ਹੋ ਕੇ ਕੁਛ ਆਹੀ
ਗੱਲਾਂ ਸਾਂਝੀਆਂ ਕਰਨੀਆਂ ਹੁੰਦੀਆਂ ਜਿਹੜੀਆਂ ਸਾਡੇ ਤਿੱਕਰ ਸੀਮਤ ਰਹਿ ਹੋ ਕੇ ਨਾ ਰਹਿ ਜਾਣ। ਅਸੀਂ ਇਹੀ ਚਾਹੁੰਦੇ ਹਾਂ ਵੀ ਤੁਹਾਨੂੰ ਵੀ ਪਤਾ ਲੱਗਣ ਸਾਡੇ ਸਮਾਜ ਦੇ ਹਾਲਾਤ ਕੀ ਆ, ਸਾਡੇ ਪੰਜਾਬ ਦੇ ਹਾਲਾਤ ਕੀ ਆ। ਪਰਸੋਂ ਇੱਕ ਬਜ਼ੁਰਗਾਂ ਨੂੰ ਲੈ ਕੇ ਆਏ ਚੱਕ ਕੇ ਗੁਰਦੁਆਰਾ ਸਾਹਿਬ 'ਚੋਂ ਲੁਧਿਆਣੇ, ਸਾਡੇ ਬੜਾ ਰਿਪਿਊਟਡ ਏਰੀਆ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਪੂ ਜੀ ਪਏ ਪਿਛਲੇ 3 ਦਿਨਾਂ ਤੋਂ, ਲੱਤਾਂ ਦੇ ਵਿੱਚ ਜ਼ਖਮ ਹੋਏ, ਪੂਰੀਆਂ ਲੱਤਾਂ ਵਿਚਾਰੇ ਦੀਆਂ ਵਿੱਚੋਂ ਇੱਦਾਂ ਪਸ ਚੋਈ ਜਾਂਦੀ ਸੀ, ਪਿਸ਼ਾਬ ਦੇ ਵਿੱਚੋਂ ਵੀ ਬਲੱਡ ਆਈ ਜਾਂਦਾ ਸੀ। ਉਸੇ ਗੁਰੂ ਘਰ ਦੇ ਵਿੱਚ ਬਾਪੂ ਕਿਸੇ ਟਾਈਮ ਰੌਲ ਲਾਉਣ ਜਾਂਦਾ ਸੀ, ਗ੍ਰੰਥੀ ਸਿੰਘ ਸੀਗਾ। ਹੋਰ ਵੀ ਨੇੜੇ ਤੇੜੇ ਕਾਫੀ ਗੁਰੂ ਘਰਾਂ ਦੇ ਵਿੱਚ ਬਾਪੂ ਨੇ ਸੇਵਾ ਨਿਭਾਈਆਂ ਗ੍ਰੰਥੀ ਸਿੰਘ ਦੀਆਂ। ਉਸੇ ਗੁਰੂ ਘਰ ਦੇ ਵਿੱਚ ਉਹਨੂੰ ਮਦਦ ਨਹੀਂ ਮਿਲੀ, ਉਸੇ ਗੁਰੂ ਘਰ ਦੇ ਵਿੱਚੋਂ ਪ੍ਰਬੰਧਕਾਂ ਨੇ ਉਹਨੂੰ ਦਾਖਲ ਵੀ ਨਹੀਂ ਕਰਾਇਆ। 3 ਦਿਨ ਉੱਥੇ ਪਿਆ ਤੜਫ ਹੀ ਗਿਆ, ਅਤੇ ਉੱਥੋਂ ਕੁਛ ਵੀਰਾਂ ਨੇ ਸਾਨੂੰ ਦੱਸਿਆ ਅਸੀਂ ਲੈ ਕੇ ਆਏ, ਹੁਣ ਬਾਪੂ ਜੀ ਸਾਡੇ ਕੋਲ ਰਹਿ ਰਹੇ ਨੇ। ਅਤੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਿਓ ਸਾਡੇ ਵਰਗੇ ਕਲ ਯੁਗੀਆਂ ਵਾਸਤੇ, ਵੀ ਅਸੀਂ ਇੱਦਾਂ ਹੀ ਸੇਵਾ ਕਰਦੇ ਰਹੀਏ, ਇੱਦਾਂ ਹੀ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਬਖਸ਼ੇ ਹੋਏ ਮਾਰਗ ਦੇ ਉੱਪਰ ਅਸੀਂ ਚੱਲਦੇ ਰਹੀਏ, ਅਸੀਂ ਭਗਤ ਪੂਰਨ ਸਿੰਘ ਜੀ ਦੀਆਂ ਪੈੜਾਂ 'ਤੇ ਚੱਲਦੇ ਰਹੀਏ, ਭਾਈ ਘਨੱਈਆ ਜੀ ਦੇ ਵਾਰਸ ਕਹਾਉਣ ਵਾਲੀ ਸਿੱਖ ਕੌਮ ਦੇ ਨਿਮਾਣੇ ਦੇ ਸਿੱਖ ਬਣ ਕੇ ਅਸੀਂ ਸੇਵਾ ਕਰਦੇ ਰਹੀਏ। ਸਾਡੇ ਨੰਬਰ 97803001 ਹੈ ਜੀ, 82848 ਅਤੇ 0001 ਆ ਜੀ। ਅਤੇ ਇਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ, ਜਿਵੇਂ ਕਿ ਤੁਹਾਨੂੰ ਮਾਤਾ ਸੁਰਜੀਤ ਕੌਰ ਜੀ ਬਾਰੇ ਦੱਸਿਆ, ਅਤੇ ਜਾਂ ਹੋਰ ਵੀ ਮਾਤਾ ਕਾਂਤਾ ਮੱਟੂ ਵਾਸਤੇ ਦੱਸਿਆ, ਜਿਹੜੇ ਯੂਨੀਵਰਸਿਟੀ ਦੇ ਬਾਹਰ ਹੀ ਇੰਨੇ ਸਾਲਾਂ ਤੋਂ ਰਹਿ ਰਹੇ ਸੀਗੇ ਅੱਖਾਂ ਤੋਂ ਬਲਾਈਂਡ, ਜਾਂ ਹੋਰ ਵੀ ਸਾਡੇ ਕੋਲ ਜਿਹੜੇ ਪਰਿਵਾਰਕ ਮੈਂਬਰ ਰਹਿੰਦੇ ਉਹਨਾਂ ਵਾਸਤੇ। ਆਹ ਜਿਹੜੀ ਬਿਲਡਿੰਗ ਬਣ ਰਹੀ ਆ ਸਾਡੇ ਸੁਪਨਿਆਂ ਦਾ ਘਰ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਬਿਲਡਿੰਗ ਮਟੀਰੀਅਲ, ਜਾਂ ਜਿਹੜੇ ਇੱਥੇ ਕੰਮ ਕਰਦੇ ਲੇਬਰ ਵਾਲੇ ਵੀਰ ਮਿਸਤਰੀ, ਉਹਨਾਂ ਦੀਆਂ ਕੋਈ ਤਨਖਾਹਾਂ ਦੇ ਵਿੱਚ ਕੋਈ ਵੀਰ ਸਿੱਧਾ ਆ ਕੇ ਸਹਿਯੋਗ ਦੇ ਸਕਦਾ, ਜਾਂ ਹੋਸਪਿਟਲਾਂ ਦੇ ਵਿੱਚ ਜਿਹੜੇ ਸਾਡੇ ਮਰੀਜ਼ ਦਾਖਲ ਆ ਉਹਨਾਂ ਦੇ ਬਿੱਲਾਂ ਦੇ ਵਿੱਚ ਸਿੱਧਾ ਆ ਕੇ ਸਹਿਯੋਗ ਦੇ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਸਾਡਾ ਕੋਈ ਵੀ ਅਕਾਊਂਟ ਨੰਬਰ ਨਹੀਂ, ਅਸੀਂ ਕੈਸ਼ ਦੇ ਵਿੱਚ ਪੈਸੇ ਨਹੀਂ ਲੈਂਦੇ, ਸਿਰਫ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਜਾਂ ਆਪਣੇ ਹੱਥੀਂ ਤੁਸੀਂ ਜਿੱਥੇ ਜ਼ਰੂਰਤ ਆ ਉੱਥੇ ਆ ਕੇ ਦੇ ਸਕਦੇ ਹੋ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਿਓ, ਅਤੇ ਜਿਹੜੇ ਭੈਣ ਭਰਾ ਵੀਰ ਕਿਤੇ ਸਾਡੇ ਨਾਲ ਫਿਜ਼ੀਕਲੀ ਆ ਕੇ ਸੇਵਾ ਕਰਾ ਸਕਦੇ ਨੇ, ਸਾਡੇ ਕੋਲ ਰਹਿ ਕੇ ਸੇਵਾ ਕਰਾ ਸਕਦੇ ਨੇ, ਉਹਨਾਂ ਨੂੰ ਵੀ ਬੇਨਤੀ ਹੈ ਜਦੋਂ ਮਰਜ਼ੀ ਤੁਸੀਂ ਆ ਕੇ ਸਾਡੇ ਕੋਲ ਸੇਵਾ ਕਰਾ ਸਕਦੇ ਹਾਂ। ਜਿਹੜੇ ਪੜ੍ਹੇ ਲਿਖੇ ਵੀਰ ਆ, ਬੱਚੇ ਜਿਹੜੇ ਸਾਡੇ ਯੂਥ ਆ, ਉਹਨਾਂ ਨੂੰ ਬੇਨਤੀ ਕਰਦੇ ਹਾਂ, ਸਟੂਡੈਂਟਸ ਨੂੰ ਜਦ ਵੀ ਕਿਤੇ ਟਾਈਮ ਲੱਗਦਾ ਜ਼ਰੂਰ ਸਾਡੇ ਕੋਲ ਇੱਥੇ ਲੁਧਿਆਣੇ ਬਾਰਨਹਾੜੇ ਪਿੰਡ ਹੰਬੜਾ ਰੋਡ 'ਤੇ ਸਾਡੇ ਕੋਲ ਕਰੀਬ 125 ਦੇ ਕਰੀਬ ਸਾਡੇ ਪਰਿਵਾਰਕ ਮੈਂਬਰ ਰਹਿੰਦੇ ਆ, ਜਿਨ੍ਹਾਂ ਨੇ ਕਿਸੇ ਦੇ ਸਿਰ 'ਚ ਕੀੜੇ ਪਏ ਸੀ, ਕਿਸੇ ਦੇ ਲੱਤ 'ਚ, ਕਿਸੇ ਦੇ ਪੈਰ 'ਚ, ਕੋਈ ਸੰਗਲਾਂ ਨਾਲ ਬੰਨਿਆ ਸੀ 20 ਸਾਲਾਂ ਤੋਂ, ਕੋਈ 30 ਸਾਲਾਂ ਤੋਂ, ਕੋਈ ਆਪਣੇ ਘਰ ਦੇ ਵਿੱਚ ਬੈਠਾ ਆਪਣੇ ਮਲ ਮੂਤਰ ਖਾਣ ਲਈ ਮਜਬੂਰ ਸੀਗਾ, ਕੋਈ ਹੱਡੀਆਂ ਦਾ ਪਿੰਜਰ ਬਣਿਆ ਸੜਕ 'ਤੇ ਪਿਆ ਸੀਗਾ, ਇੱਦਾਂ ਦੇ ਇਨਸਾਨਾਂ ਦੀ ਸੇਵਾ ਦੇ ਵਿੱਚ ਸਾਡੇ ਨਾਲ ਫਿਜ਼ੀਕਲੀ ਆ ਕੇ ਉਹਨਾਂ ਦੀ ਸੇਵਾ ਕਰਕੇ, ਇਸ਼ਨਾਨ ਕਰਾ ਕੇ, ਉਹਨਾਂ ਨੂੰ ਦੀ ਕੌਂਸਲਿੰਗ ਕਰਕੇ, ਉਹਨਾਂ ਨਾਲ 10 ਮਿੰਟ ਉਹਨਾਂ ਦਾ ਦੁੱਖ ਸਾਂਝੇ ਕਰਕੇ ਵੀ ਤੁਸੀਂ ਸੇਵਾ ਕਰ ਸਕਦੇ ਹੋ, ਉਹਦੇ ਵਿੱਚ ਸਹਿਯੋਗ ਦਿਓ। ਜਿਹੜੇ ਵੀ ਬੱਚੇ ਪੜ੍ਹੇ ਲਿਖੇ ਆ, ਜਿਹੜੇ ਨੌਲੇਜ ਰੱਖਦੇ ਆ ਕੰਪਿਊਟਰ ਨਾਲ ਰਿਲੇਟਡ, ਔਨਲਾਈਨ ਸਿਸਟਮ ਦੇ ਬਾਰੇ 'ਚ, ਉਹਨਾਂ ਨੂੰ ਵੀ ਬੇਨਤੀ ਆ ਵੀ ਸਾਡਾ ਜਿਹੜਾ ਇਹ ਸੋਸ਼ਲ ਮੀਡੀਆ 'ਤੇ ਸਾਡਾ ਇਹ ਸਾਰਾ ਨੁਕਤਾਰੀ ਸੇਵਾ ਪਰਿਵਾਰ ਦੀਆਂ ਸੇਵਾਵਾਂ ਚੱਲ ਰਹੀਆਂ, ਉਹਦੇ ਵਿੱਚ ਵੀ ਸਾਨੂੰ ਸਹਿਯੋਗ ਦੀ ਲੋੜ ਆ। ਜੇ ਕੋਈ ਵੀਰ ਇਸ ਲਾਈਨ ਦੇ ਬਾਰੇ ਜਾਣਕਾਰੀ ਰੱਖਦਾ, ਜਿਨ੍ਹਾਂ ਨੂੰ ਨੌਲੇਜ ਆ,
ਇਹ ਸੋਸ਼ਲ ਮੀਡੀਆ ਦੇ ਬਾਰੇ 'ਚ ਉਹ ਵੀ ਸਾਡੀ ਹੈਲਪ ਕਰ ਸਕਦੇ, ਜਿਵੇਂ ਤੁਹਾਨੂੰ ਦੱਸਿਆ ਵੀ ਜਦੋਂ ਅਸੀਂ ਕਿਸੇ ਨੂੰ ਚੱਕ ਕੇ ਲੈ ਕੇ ਆਉਂਦੇ ਹਾਂ ਕਿਸੇ ਕੀੜੇ ਪਏ ਹੋਏ ਇਨਸਾਨ ਨੂੰ ਜਾਂ ਕਿਸੇ ਸੰਗਲਾਂ ਨਾਲ ਬੰਨੇ ਇਨਸਾਨ ਨੂੰ, ਕੋਈ ਉਹਦੀਆਂ ਜਦੋਂ ਵੀਡੀਓ ਅਸੀਂ ਵਾਇਰਲ ਕਰਦੇ ਹਾਂ ਜ਼ਖਮਾਂ ਦੀ ਜਾਂ ਹੋਰ, ਅਤੇ ਉਹ ਸਾਨੂੰ ਬਲੌਕ ਕਰ ਦਿੰਦਾ ਫੇਸਬੁੱਕ, ਸੋਸ਼ਲ ਮੀਡੀਆ 'ਤੇ ਵੀ ਬੈਨ ਲੱਗਣਾ ਸ਼ੁਰੂ ਹੋ ਗਿਆ ਵਾ, ਇਹ ਵੀ ਇੱਕ ਆਜ਼ਾਦ ਨਹੀਂ ਰਿਹਾ ਹੁਣ, ਅਤੇ ਉਹਦੇ ਵਾਸਤੇ ਸਾਨੂੰ ਹੈਲਪ ਦੀ ਲੋੜ ਆ। ਸਾਨੂੰ ਗਾਈਡ ਕਰ ਸਕਦੇ ਜੋ ਕੋਈ ਵੀਰ ਇਸ ਬਾਰੇ 'ਚ ਨੌਲੇਜ ਰੱਖਦਾ ਵਾ, ਜਿਹਨੂੰ ਇਸ ਚੀਜ਼ ਇਹਨਾਂ ਸੋਸ਼ਲ ਮੀਡੀਆ ਦੇ ਬਾਰੇ ਐਕਸਪਰਟ ਹੈ ਕੋਈ ਵੀਰ, ਅਤੇ ਦਿਲ 'ਚ ਕਿਤੇ ਸੇਵਾ ਭਾਵਨਾ ਦਾ ਵੀ ਹੈਗਾ, ਤਾਂ ਉਹ ਵੀਰ ਸਾਡੇ ਨਾਲ ਸੰਪਰਕ ਕਰਿਓ, ਸਾਨੂੰ ਜਾਣਕਾਰੀ ਦਿਓ ਅਸੀਂ ਕਿੱਦਾਂ ਇਹਨੂੰ ਹੈਂਡਲ ਕਰ ਸਕਦੇ ਹਾਂ, ਕਿੱਦਾਂ ਇਸ ਚੀਜ਼ ਨੂੰ ਅਸੀਂ ਚਲਾ ਸਕਦੇ ਹਾਂ ਸਹੀ ਤਰੀਕੇ ਨਾਲ, ਸ਼ਾਇਦ ਸਾਡੇ 'ਚ ਵੀ ਕੋਈ ਕਮੀ ਹੋਵੇ, ਸਾਨੂੰ ਵੀ ਕੋਈ ਉਹਨਾਂ ਦੇ ਗਾਈਡਲਾਈਨ ਨਾ ਪਤਾ ਹੋਣ ਸੋਸ਼ਲ ਮੀਡੀਆ ਦੇ ਬਾਰੇ 'ਚ। ਇੰਨੀਆਂ ਕੀ ਬੇਨਤੀਆਂ, ਇੰਨੀਆਂ ਕੀ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ, ਅਤੇ ਜੇ ਕੋਈ ਉੱਚਾ ਨੀਵਾਂ ਲਫ਼ਜ਼ ਬੋਲਿਆ ਗਿਆ ਹੋਵੇ ਕਿਸੇ ਦੀ ਸ਼ਾਨ ਦੇ ਖਿਲਾਫ਼ ਤਾਂ ਮਾਫ਼ ਕਰਿਓ, ਪਰ ਜਿੰਨੇ ਕੁ ਵੀ ਲਫ਼ਜ਼ ਬੋਲਿਆ ਜੋ ਵੀ ਕਿਹਾ ਉਹ ਦਿਲੋਂ ਅਤੇ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ। ਅੱਜ 3 ਤਰੀਕ ਦੂਜਾ ਮਹੀਨਾ ਅਤੇ 2019 ਹੈ ਜੀ। ਸਰਦਾਰ ਕੇਸਰ ਸਿੰਘ ਢਾਲੀਵਾਲ ਪਹਿਲੇ ਮੈਂਬਰ ਸਾਡੇ ਜਿਹਨਾਂ ਨੇ ਨੀਂਹ ਪੱਥਰ ਰੱਖਿਆ, ਤੁਸੀਂ ਦੇਖਿਆ ਸ਼ੁਰੂ 'ਚ ਨੀਂਹ ਪੱਥਰ ਦੇ ਉੱਪਰ ਨਾਮ ਲਿਖਿਆ ਸਰਦਾਰ ਕੇਸਰ ਸਿੰਘ ਢਾਲੀਵਾਲ, ਉਹ ਵੀ ਬੈਠੇ ਦੇਖ ਰਹੇ ਨੇ ਕੰਮ ਕਾਜ ਕਿੱਦਾਂ ਚੱਲ ਰਿਹਾ। ਢਾਲੀਵਾਲ ਸਾਹਿਬ, ਬਾਪੂ ਕਿਵੇਂ, ਠੀਕ ਹੋ? ਠੀਕ ਆ ਜੀ। ਹੋਰ ਸਿਹਤਾਂ ਠੀਕ ਨੇ? ਠੀਕ ਆ ਜੀ। ਠੀਕ ਆ ਜੀ, ਸੰਗਤ ਦੇਖ ਰਹੀ ਹੈ ਤੁਹਾਨੂੰ, ਹਾਂ, ਟੀ ਵੀ ਦੇ ਉੱਪਰ ਬਾਪੂ ਕੇਸਰ ਸਿੰਘ ਨੂੰ ਬੈਠਿਆਂ ਨੂੰ, ਕਿਵੇਂ ਸੰਗਤ ਵਾਸਤੇ ਕੁਛ ਕਹਿਣਾ ਚਾਹੁੰਦੇ ਹੋ? ਬਸ ਸੰਗਤ ਦਾ ਬਹੁਤਾ ਬਹੁਤਾ ਪਿਆਰ, ਬਾਂਡੇ ਵੀਰੇ ਦਾ ਬਹੁਤਾ ਬਹੁਤਾ, ਬਾਬੇ ਨਾਚਿਆਂ ਕੰਨਿਓ ਬਹੁਤਾ ਪਿਆਰ, ਇਹਨਾਂ ਨੂੰ ਬਾਬਾ ਤੰਦਰੁਸਤੀਆਂ ਦੇਵੇ, ਇਹਨਾਂ ਦੀ ਤਰੱਕੀ ਵਿੱਚ ਬਰਕਤ ਪਾਵੇ, ਕਮਾਈ ਵਿੱਚ ਬਰਕਤ ਪਾਵੇ, ਇਹਨਾਂ ਦੇ ਬਾਲ ਬੱਚੇ ਨੂੰ ਤੰਦਰੁਸਤੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨਾ ਕਹਿੰਦਾ ਖਿਮਾ ਦਾ ਦਿਆਤਾ ਵਾਹਿਗੁਰੂ ਵਾਹਿਗੁਰੂ। ਇਹ ਬਾਪੂ ਕੇਸਰ ਸਿੰਘ ਢਾਲੀਵਾਲਾ ਜੀ, ਇਹਨਾਂ ਦੀ ਲੱਤ 'ਚ ਕੀੜੇ ਪਏ ਸੀ, ਬਾਪੂ ਜਿਹੜੇ ਪਹਿਲੇ ਇਨਸਾਨ ਸੀ ਜਿਹਨਾਂ ਨੂੰ ਅਸੀਂ ਚੱਕ ਕੇ ਲੈ ਕੇ ਆਏ ਸੀ, ਅਤੇ ਇਹਨਾਂ ਦੇ ਕਰ ਕਮਲਾਂ ਨਾਲ ਹੀ ਅੱਜ ਆ ਸੇਵਾ ਚੱਲ ਰਹੀ ਹੈ, ਇਹਨਾਂ ਦੇ ਕਰਕੇ ਹੀ ਸੇਵਾ ਚੱਲ ਰਹੀ ਆ। ਜੇ ਇਹ ਨਾ ਆਉਂਦੇ, ਇਹਨਾਂ ਨੂੰ ਲੈ ਕੇ ਨਾ ਆਉਂਦੇ, ਤਾਂ ਅਸੀਂ ਸ਼ਾਇਦ ਸੇਵਾ ਨਾ ਕਰਦੇ। ਯਾਨੀ ਕਿ ਬਾਪੂ ਜੀ ਨੇ ਸੇਵਾ ਸ਼ੁਰੂ ਕਰਾਉਣ ਦੀ ਖਾਤਰ ਆਪਦੇ ਕੀੜੇ ਪਵਾ ਲਏ, ਅਸੀਂ ਤਾਂ ਇਹ ਗੱਲ ਮੰਨਦੇ ਵੀ ਬਾਪੂ ਜੀ ਦੇ ਕੀੜੇ ਨਾ ਪੈਂਦੇ ਤਾਂ ਅਸੀਂ ਇਹਨਾਂ ਨੂੰ ਲੈ ਕੇ ਨਾ ਆਉਂਦੇ, ਤਾਂ ਸ਼ਾਇਦ ਅੱਧਾ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਹੋਣ ਦੇ ਵਿੱਚ ਨਾ ਹੁੰਦੀ, ਅੱਜ ਤੁਸੀਂ ਸਾਡੀਆਂ ਆਹ ਗੱਲਾਂ ਨਾ ਸੁਣਦੇ ਹੁੰਦੇ। ਸਰਦਾਰ ਕੇਸਰ ਸਿੰਘ ਢਾਲੀਵਾਲ ਦੇ ਕਰਕੇ ਇਹ ਸੇਵਾ ਸ਼ੁਰੂ ਹੋਈ, ਇਹਨਾਂ ਨੇ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ, ਇਹਨਾਂ ਦੀ ਰੱਖੇ ਹੋਏ ਨੀਂਹ ਪੱਥਰ ਦੇ ਸਦਕਾ ਹੀ ਸ਼ਾਇਦ ਇੱਥੇ ਤਾਂ ਜ਼ਿੰਦਗੀ ਜਦ ਤੱਕ ਸਾਡੇ ਸਵਾਸ ਚੱਲਦੇ ਆ ਉਦੋਂ ਤੱਕ ਸੇਵਾ ਅਸੀਂ ਕਰਦੇ ਰਹਾਂਗੇ, ਅਤੇ ਉਸ ਤੋਂ ਬਾਅਦ ਵੀ ਸਾਡੇ ਮਰਨ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਇੱਥੇ ਇਸ ਧਰਤੀ ਦੇ ਉੱਪਰ, ਇਸ ਬਿਲਡਿੰਗਾਂ ਦੇ ਵਿੱਚ, ਇਸ ਜਗ੍ਹਾ ਦੇ ਉੱਪਰ, ਉਸ ਕਾਲ ਪੁਰਖ ਦੀ ਬਖਸ਼ੀ ਹੋਈ ਜ਼ਮੀਨ ਦੇ ਉੱਪਰ ਰਹਿੰਦੀ ਦੁਨੀਆ ਤੱਕ ਸੇਵਾ ਚੱਲਦੀ ਰਹੂਗੀ। ਉਹ ਸਰਦਾਰ ਕੇਸਰ ਸਿੰਘ ਢਾਲੀਵਾਲ ਦੇ ਹੱਥੋਂ ਸ਼ੁਰੂ ਹੋਈ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।